पग पंकज बंदन सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह बिसाला गुरु तेग बहादुर परम केर पाला परम केर पाला श्री गुरु गोविंद सिंह बिसाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग एक ओंकार सतगुरु तेह प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज दीन दुनिया दे मालक चबर शतर तखत दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां दे उत्ते सदा ही कृपा करन वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखियक सच्चे पातशाह धन धन सतगुरु गरीब नवाज धन धन सतगुरु श्री गुरु ग्रंथ साहिब जी महाराज बड़े ही प्यार दे नाल सब सिख संगत जोड़ो दोवें हथ प्रेम दे नाल सारी संगत उचारण करो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज फिर उचारण करो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज हजूर सच्चे पातशाह महाराज जी दी पवित्र हाजरी दे विखे
ਸੁਭਾਇ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਗੁਰੂ ਜੀ ਦੀ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ ਸ੍ਰੀ ਵਾਹਿਗੁਰੂ ਜੀ ਕਰਹਿ ਪ੍ਰੇਮ ਕੀ ਬਾਤ ਬਹੋਰੀ। ਮਹਾਰਾਜ ਦੋਵਾਂ ਰਾਜਿਆਂ ਨੂੰ ਕਹਿ ਰਹੇ, ਮਹਾਰਾਜ ਕਹਿੰਦੇ ਭਾਈ ਹੁਣ ਪਿਆਰ ਦੀਆਂ ਗੱਲਾਂ ਵੀ ਕਰੋ ਜੀ, ਪਿਆਰ ਦੇ ਬਚਨ ਕਰੋ। ਦੋਵਾਂ ਰਾਜਿਆਂ ਨੇ ਆਪਸ ਵਿੱਚ ਪ੍ਰੇਮ ਵਾਲੇ ਬਚਨ ਕੀਤੇ। ਦੇਖ ਦੇਖ ਸ੍ਰੀ ਪ੍ਰਭ ਕੀ ਓਰੀ, ਤੇ ਨਾਲੇ ਗੁਰੂ ਸਾਹਿਬ ਦੇ ਵੀ ਦਰਸ਼ਨ ਕਰਦੇ ਨੇ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੀ ਉਹਨਾਂ ਨੂੰ ਸੁਖੀ ਕਰੀ ਜਾਂਦੇ ਸੀਗੇ ਜੀ। ਨਾਲੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ, ਨਾਲੇ ਪ੍ਰੇਮ ਵਾਲਾ ਮਾਹੌਲ ਬਣ ਗਿਆ ਜੀ ਉੱਥੇ। ਹਾਂਜੀ ਕਰਨ ਅਖੇਰ ਸ਼ੇਰ ਕੋ ਮਾਰਨ, ਤੇ ਗੱਲ ਕੀ ਚੱਲੀ ਜੀ, ਸ਼ਿਕਾਰ ਕਰਦਿਆਂ ਕਰਦਿਆਂ ਸ਼ੇਰ ਨੂੰ ਮਾਰਨ ਦੀ ਗੱਲ ਚੱਲੀ ਜੀ। ਆਮ ਜਿਹੜੇ ਪਹਾੜੀਏ ਸਨ ਇਹ ਬੰਦੂਕਾਂ ਦੇ ਨਾਲ ਸ਼ਿਕਾਰ ਕਰਦੇ ਹੁੰਦੇ ਸੀ ਸ਼ੇਰ ਦਾ ਜੀ। ਹਾਂਜੀ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬੰਦੂਕ ਨਾਲ ਸ਼ੇਰ ਦਾ ਸ਼ਿਕਾਰ ਨਹੀਂ ਕਰਦੇ ਹੁੰਦੇ ਜੀ, ਮਹਾਰਾਜ ਤਲਵਾਰ ਨਾਲ ਸ਼ੇਰ ਦਾ ਸ਼ਿਕਾਰ ਕਰਦੇ ਹੁੰਦੇ ਸੀਗੇ ਜੀ। ਬੰਦੂਕ ਨਾਲ ਸ਼ੇਰ ਦਾ ਸ਼ਿਕਾਰ ਕਰਨਾ ਬਹੁਤੀ ਵੱਡੀ ਗੱਲ ਨਹੀਂ ਹੈਗੀ ਜੀ। ਹਾਂਜੀ ਉਹ ਸਾਹਮਣੇ ਹੋਵੇ ਜੇ ਤੇ ਦੂਰੋਂ ਮਾਰ ਦੇਣਾ ਜੀ, ਤੇ ਗੁਰੂ ਸਾਹਿਬ ਤਲਵਾਰ ਨਾਲ ਮਾਰਦੇ ਹੁੰਦੇ ਸੀ ਨੇੜੇ ਜਾ ਕੇ ਜੀ, ਸ਼ੇਰ ਨੂੰ ਵੰਗਾਰਦੇ ਹੁੰਦੇ ਸੀਗੇ ਜੀ। ਛੇਵੇਂ ਪਾਤਸ਼ਾਹ ਦਾ ਦਿਨ ਹੈ, ਬੰਦੀ ਛੋੜ ਦਾਤਾ ਜੀ ਦਾ, ਜਹਾਂਗੀਰ ਮਹਾਰਾਜ ਨੂੰ ਦਿੱਲੀ ਸੱਦਦਾ ਹੈ ਜੀ। ਜਦੋਂ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਸੱਦਿਆ ਨਾ ਜੀ, ਤੇ ਜੰਗਲ ਵਿੱਚ ਲੈ ਗਿਆ ਜੀ। ਜੰਗਲ ਵਿੱਚ ਇੱਕ ਬੜਾ ਖੂੰਖਾਰ ਸ਼ੇਰ ਰਹਿੰਦਾ ਸੀਗਾ ਜੀ, ਬੜਾ ਖੂੰਖਾਰ ਸ਼ੇਰ। ਜਹਾਂਗੀਰ ਹਾਥੀ ਤੇ ਚੜਿਆ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਸੱਜੇ ਨੇ ਜੀ। ਛੇਵੇਂ ਪਾਤਸ਼ਾਹ ਦਾ ਕੱਦ ਕਾਠ ਬੜਾ ਉੱਚਾ ਸੀਗਾ ਜੀ। ਗੱਲ ਕੀ ਬਣੀ ਜੀ, ਜੰਗਲ ਦੇ ਵਿੱਚ ਸ਼ੇਰ ਗਰਜਿਆ ਜੀ। ਜਹਾਂਗੀਰ ਦਾ ਜਿਹੜਾ ਹਾਥੀ ਸੀ ਨਾ ਜੀ, ਉਹ ਅੱਗੇ ਪੈਰ ਨਾ ਵਧਾ ਸਕਿਆ ਤੇ ਉੱਥੇ ਹੀ ਖਲੋ ਗਿਆ ਜੀ। ਜਹਾਂਗੀਰ ਬੜਾ ਤੰਗ ਜੀ, ਫੌਜਾਂ ਸਾਰੀਆਂ ਡਰ ਗਈਆਂ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਇਕੱਲੇ ਹੀ ਮਹਾਰਾਜ ਅੱਗੇ ਸ਼ੇਰ ਦੇ ਕੋਲ ਗਏ, ਤੇ ਸ਼ੇਰ ਨੂੰ ਮਹਾਰਾਜ ਨੇ ਆਪ ਵੰਗਾਰਿਆ ਜੀ ਜਾ ਕੇ ਜੀ। ਮਹਾਰਾਜ ਨਾ ਜੀ ਖਲੋ ਗਏ ਛੇਵੇਂ ਪਾਤਸ਼ਾਹ, ਫਿਰ ਐ ਜਿਵੇਂ ਖੰਭਾ ਨਹੀਂ ਹੁੰਦਾ ਜੀ, ਖੰਭੇ ਦੀ ਤਰ੍ਹਾਂ ਸਥਿਰ ਹੋ ਕੇ ਖਲੋ ਗਏ, ਤੇ ਸ਼ੇਰ ਵੱਡਾ ਬੜਾ ਸ਼ੇਰ ਨੇ ਝਪਟ ਮਾਰੀ ਮਹਾਰਾਜ ਉੱਤੇ ਜੀ। ਮਹਾਰਾਜ ਨੇ ਢਾਲ ਇਸ ਤਰ੍ਹਾਂ ਕਰਕੇ ਸ਼ੇਰ ਨੂੰ ਰੋਕਿਆ ਜੀ। ਹਾਂਜੀ ਜਦੋਂ ਮਹਾਰਾਜ ਨੇ ਇਸ ਤਰ੍ਹਾਂ ਕਰਕੇ ਢਾਲ ਨਾਲ ਸ਼ੇਰ ਨੂੰ ਰੋਕਿਆ, ਬੜੀ ਤੇਜ਼ੀ ਦੇ ਨਾਲ ਸ੍ਰੀ ਸਾਹਿਬ ਕੱਢ ਕੇ ਸ਼ੇਰ ਨੂੰ ਪੇਟ ਤੋਂ ਕੱਟ ਦਿੱਤਾ ਜੀ ਸੱਚੇ ਪਾਤਸ਼ਾਹ ਨੇ ਜੀ। ਸ਼ੇਰ ਦੀ ਰੂਹ ਨਿਕਲੀ ਜੀ ਵਿੱਚੋਂ ਜੀ, ਉਹ ਰੂਹ ਨਿਕਲਦੀ ਨਾ ਜੀ ਇੱਕ ਚਿੱਟਾ ਜਿਹਾ ਪ੍ਰਕਾਸ਼ ਵਿਖਿਆ ਜੀ। ਉਹ ਚਿੱਟਾ ਜਿਹਾ ਪ੍ਰਕਾਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਚੁੱਕਿਆ ਜੀ, ਤੇ ਉੱਡ ਕੇ ਚੱਲਾ। ਤੇ ਜਹਾਂਗੀਰ ਪੁੱਛਦਾ, ਮਹਾਰਾਜ ਇਹ ਕੌਣ ਹੈ? ਮਹਾਰਾਜ ਕਹਿੰਦੇ ਪੁੱਛ ਲਾ ਆਪ ਹੀ। ਤੇ ਜਹਾਂਗੀਰ ਉੱਚੀ ਆਵਾਜ਼ 'ਚ ਪੁੱਛਦਾ ਵੀ ਤੂੰ ਕੌਣ ਹੈ ਜਿਹੜਾ ਪ੍ਰਕਾਸ਼ ਦੇ ਅੰਦਰ ਹੈ? ਤੇ ਉਹ ਫਿਰ ਸ਼ੇਰ ਦੀ ਰੂਹ ਵਿੱਚੋਂ ਬੋਲੀ, ਕਹਿਣ ਲੱਗੀ ਜਹਾਂਗੀਰ ਸੁਣ ਲਾ, ਮੈਂ ਤੇਰਾ ਚਾਚਾ ਹਾਂ। ਕਹਿਣ ਲੱਗੇ ਮੈਂ ਚਾਚਾ ਤੇਰਾ, ਸ਼ਰੀਕਾ ਬਰਾਦਰੀ ਵਿੱਚ ਚਾਚਾ ਲੱਗਦਾ ਤੇਰਾ। ਅਕਬਰ ਦੇ ਨਾਲ ਗੋਇੰਦਵਾਲ ਸਾਹਿਬ ਗਿਆ ਸਾਂ, ਅਕਬਰ ਨੇ ਗੁਰੂ ਅਮਰਦਾਸ ਸਾਹਿਬ ਸੱਚੀ ਸਰਕਾਰ ਨੂੰ ਸਿਰ ਚੁਕਾਇਆ। ਮੈਨੂੰ ਬੜੀ ਤਕਲੀਫ ਹੋਈ ਵੀ ਇਹ ਸਾਡਾ ਬਾਦਸ਼ਾਹ ਗੁਰੂ ਜੀ ਨੂੰ ਕਿਉਂ ਮੱਥਾ ਟੇਕ ਰਿਹਾ ਜੀ। ਗੁਰੂ ਘਰ ਵਿੱਚ ਸਾਦਾ ਲੰਗਰ ਬਣਦਾ ਸੀਗਾ, ਮੈਂ ਲੰਗਰ ਦੀ ਬੇਅਦਬੀ ਕਰਨ ਵਾਸਤੇ ਕੱਚਾ ਮਾਸ ਖਾਣ ਲੱਗ ਪਿਆ ਉੱਥੇ ਜਾ ਕੇ ਜੀ। ਬਸ ਉਹ ਖਾਂਦਿਆਂ ਸਾਰ ਹੀ ਮੇਰੇ ਅੰਦਰ ਜਾ ਕੇ ਉਹ ਪਚਿਆ ਨਹੀਂ, ਅਤੇ ਮੈਂ ਕਹਿਣ ਲੱਗਾ ਉੱਥੇ ਮਰ ਗਿਆ। ਕਹਿਣ ਲੱਗਾ ਉਹਦੇ ਤੋਂ ਬਾਅਦ ਸ਼ੇਰ ਬਣ ਕੇ ਇੱਥੇ ਜੰਮਿਆ, ਗੁਰੂ ਸਾਹਿਬ 'ਤੇ ਕੀਤੀ ਸੀ ਤਰਕ, ਅਤੇ ਹੁਣ ਉਸੇ ਗੁਰੂ ਦੀ ਜੋਤ ਗੁਰੂ ਹਰਗੋਬਿੰਦ ਸਾਹਿਬ ਨੇ ਮੇਰਾ ਉਧਾਰ ਕੀਤਾ। ਕਹਿਣ ਲੱਗਾ ਉਧਾਰ ਕੀਤਾ ਜੀ। ਸ਼ੇਰ ਦਾ ਸ਼ਿਕਾਰ ਕਰਨਾ ਗੁਰੂ ਸਾਹਿਬ ਵਾਸਤੇ ਬਹੁਤੀ ਵੱਡੀ ਗੱਲ ਨਹੀਂ ਸੀ ਹੈਗੀ ਜੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ
ਗੱਲਾਂ ਬਾਤਾਂ ਚਲਾਈਆਂ ਦਸਵੇਂ ਪਾਤਸ਼ਾਹ ਨੇ ਸ਼ੇਰ ਦੇ ਸ਼ਿਕਾਰ ਦੀਆਂ ਜੀ। ਹਾਂਜੀ ਦੂਣ ਸੁੰਦਰੀ ਕਰਹਿ ਉਚਾਰਨ ਤੇ ਉਹ ਜਿਹੜੇ ਰਾਜੇ ਨੇ ਉਹ ਕਹਿਣ ਲੱਗੇ ਮਹਾਰਾਜ ਜੰਗਲੀ ਇਲਾਕਾ ਤੇ ਬੜਾ ਸੋਹਣਾ ਤੇ ਇਹੋ ਜਿਹਾ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਵੀ ਜੰਗਲੀ ਇਲਾਕੇ ਵਿੱਚ ਸ਼ੇਰ ਵੀ ਹੁੰਦੇ ਨੇ ਜੀ। ਹੁਣ ਵੀ ਤੁਸੀਂ ਵੇਖ ਲਿਓ ਜਾ ਕੇ ਜਿਹੜਾ ਬਹੁਤ ਜੰਗਲੀ ਇਲਾਕਾ ਹੋਏਗਾ ਨਾ ਜੀ ਉੱਥੇ ਸ਼ੇਰਾਂ ਦਾ ਡਰ ਖਤਰਾ ਅੱਜ ਵੀ ਬਣਿਆ ਹੋਇਆ ਜੀ। ਹਾਂਜੀ ਇਤਿਹਾਸਿਕ ਹੋਈ ਬਹੁ ਖਾ ਗਾਥਾ ਇਸ ਤਰੀਕੇ ਨਾਲ ਸ਼ਿਕਾਰ ਦੀਆਂ ਕੁਝ ਗੱਲਾਂ ਹੋਈਆਂ ਜੀ। ਵੇਖ ਲਓ ਗੱਲਾਂ ਦਾ ਫਰਕ ਹੁੰਦਾ ਜੀ। ਪੀਰ ਬੁੱਧੂ ਸ਼ਾਹ ਜੀ ਆਏ ਉਹਨਾਂ ਦੇ ਨਾਲ ਰੱਬ ਦੇ ਘਰ ਦੀਆਂ ਗੱਲਾਂ ਹੋਈਆਂ ਤੇ ਸ਼ੇਰ ਰਾਜੇ ਆਏ ਤੇ ਇਹਨਾਂ ਨਾਲ ਸ਼ਿਕਾਰਾਂ ਦੀ ਗੱਲ ਹੋਈ ਜੀ। ਹਾਂਜੀ ਦੋਨੋ ਭੂਪਨ ਕੀ ਪ੍ਰਭ ਸਾਥਾ ਤੇ ਦੋਵੇਂ ਰਾਜੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਬੜੇ ਧਿਆਨ ਨਾਲ ਸੁਣਨ ਮੇਦਨੀ ਪ੍ਰਕਾਸ਼ ਵੀ ਤੇ ਫਤਿਹ ਸ਼ਾਹ ਵੀ। ਹਾਂਜੀ ਭਇਓ ਜਾਮ ਲੱਗ ਤਬ ਦਰਬਾਰਾ ਤੇ ਸ਼ਾਮ ਤੱਕ ਵਾਹਿਗੁਰੂ ਇਹ ਵਾਹਿਗੁਰੂ ਇੱਕ ਪਹਿਰ ਤੱਕ ਦੀਵਾਨ ਸੱਜਿਆ ਰਿਹਾ ਜੀ। ਲਗਭਗ ਤਿੰਨ ਕੁ ਘੰਟੇ ਸੰਗਤਾਂ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਬੈਠੀਆਂ ਰਹੀਆਂ ਜੀ। ਹਾਂਜੀ ਕਲਗੀਧਰ ਕੋ ਲੱਖ ਰੁੱਖ ਸਾਰਾ ਹੁਣ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਕੁਝ ਸਮਾਂ ਆਰਾਮ ਕਰਨਾ ਚਾਹੁੰਦੇ ਨੇ। ਹਾਂਜੀ ਉਠ ਭੂਪਤ ਕਰ ਬੰਧਨ ਗਏ ਰਾਜਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਜੀ। ਹਾਂਜੀ ਨਿਜ ਨਿਜ ਸਿਵਰ ਪਹੁੰਚਤ ਭਏ ਆਪੋ ਆਪਣੇ ਡੇਰੇ ਵਿੱਚ ਚਲੇ ਗਏ ਜਿੱਥੇ ਜਿੱਥੇ ਪੜਾਅ ਲੱਗੇ ਸੀ ਰਾਜਿਆਂ ਦੇ। ਹਾਂਜੀ ਉੱਠੇ ਆਪ ਭੋਜਨ ਤਬ ਖਾਇਓ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਠ ਕੇ ਜਲ ਪਾਣੀ ਛਕਿਆ ਪ੍ਰਸ਼ਾਦਾ ਛਕਿਆ ਫਿਰ ਹੁਣ ਆਰਾਮ ਹਿਤ ਮਨ ਬਿਰਮਾਇਓ ਫਿਰ ਸੱਚੇ ਪਾਤਸ਼ਾਹ ਨੇ ਪ੍ਰਸ਼ਾਦਾ ਛਕਿਆ ਆਰਾਮ ਕੀਤਾ ਦਸਵੇਂ ਪਾਤਸ਼ਾਹ ਨੇ। ਹਾਂਜੀ ਉੱਠੇ ਬਹੁਰ ਜਲ ਛਕ ਲੀਨ ਉਧਰੋਂ ਰਾਜਿਆਂ ਨੇ ਵੀ ਆਰਾਮ ਕੀਤਾ ਜੀ ਗੱਜ ਕੇ ਆਖੋ ਵਾਹਿਗੁਰੂ ਤੇ ਸ਼ਾਮ ਹੋਣ ਤੋਂ ਕੁਝ ਸਮਾਂ ਪਹਿਲਾਂ ਆ ਜਦੋਂ ਚਾਰ ਕੁ ਵੱਜਦੇ ਆਪਾਂ ਜਦੋਂ ਦੁਪਹਿਰ ਤੋਂ ਬਾਅਦ ਚਾਰ ਕੁ ਵੱਜ ਜਾਂਦੇ ਨੇ ਉਦੋਂ ਸਾਰੇ ਸਾਵਧਾਨ ਹੋਏ ਜੀ ਇੱਕ ਵਾਰ ਦੁਬਾਰਾ। ਹਾਂਜੀ ਸੋਚ ਇਸ਼ਨਾਨ ਸਕਲ ਤਨ ਕੀਨ ਹਾਂਜੀ ਜਾਮ ਦਿਵਸ ਤੇ ਹੇਤ ਅਖੇਰ ਹਾਂਜੀ ਭਏ ਅਰੂੜ ਤੁਰੰਗਮ ਫੇਰ ਮਹਾਰਾਜ ਨੇ ਦੋਵੇਂ ਰਾਜੇ ਕੋਲ ਸੱਦੇ ਜੀ ਫਤਿਹ ਸ਼ਾਹ ਵੀ ਤੇ ਮੇਦਨੀ ਪ੍ਰਕਾਸ਼ ਵੀ। ਮਹਾਰਾਜ ਕਹਿਣ ਲੱਗੇ ਤੁਹਾਡਾ ਸ਼ਿਕਾਰ ਵੇਖਣਾ ਤੁਸੀਂ ਸ਼ਿਕਾਰ ਕਿਸ ਤਰ੍ਹਾਂ ਕਰਦੇ ਹੋ ਕਹਿਣ ਲੱਗੇ ਸ਼ਿਕਾਰ ਖੇਡਣ ਤੋਂ ਬੰਦੇ ਦੀ ਬਹਾਦਰੀ ਦਾ ਪਤਾ ਲੱਗ ਜਾਂਦਾ ਜੀ ਕਿੰਨਾ ਕੁ ਬਹਾਦਰ ਹੈ ਜੀ ਉਹ ਜੀ। ਹਾਂਜੀ ਮਹਾਰਾਜ ਕਹਿਣ ਲੱਗੇ ਚਲੋ ਭਾਈ ਸ਼ਿਕਾਰ ਤੇ ਜਾਣਾ ਫੌਜਾਂ ਨੇ। ਹਾਂਜੀ ਦੋਨੋ ਭੂਪਤ ਸੰਗ ਚੜਾਏ ਦੋਵੇਂ ਰਾਜੇ ਗੁਰੂ ਸਾਹਿਬ ਨੇ ਨਾਲ ਲੈ ਲਏ ਜੀ ਜਿਹੜਾ ਫਤਿਹ ਸ਼ਾਹ ਤੇ ਮੇਦਨੀ ਪ੍ਰਕਾਸ਼ ਦੋਵੇਂ ਰਾਜੇ ਮਹਾਰਾਜ ਨੇ ਨਾਲ ਲਏ ਆਪਣੇ। ਹਾਂਜੀ ਬਾਣ ਮਹਿ ਵਿਚਰੇ ਖਗ ਮਿਰਗ ਘਾਏ ਤੇ ਜੰਗਲ ਵਿੱਚ ਗਏ ਤੇ ਬੜੇ ਹਿਰਣਾਂ ਦਾ ਗੁਰੂ ਸਾਹਿਬ ਨੇ ਤੀਰ ਮਾਰ ਮਾਰ ਕੇ ਭਲਾ ਕੀਤਾ ਉਹਨਾਂ ਦਾ ਜੀ। ਉਹ ਬੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਭਲਾ ਕੀਤਾ ਕੁਝ ਨਾ ਦਾ ਰਾਜਿਆਂ ਨੇ ਸ਼ਿਕਾਰ ਕੀਤਾ ਜੀ ਤੇ ਦਾਸ ਫਿਰ ਬੇਨਤੀ ਕਰ ਰਿਹਾ ਤਰਕ ਨਾ ਮਨ ਵਿੱਚ ਪੈਦਾ ਹੋਵੇ ਇਸ ਲਈ ਗੁਰਮੁਖੋ ਜਿਸ ਜਾਨਵਰ ਨੂੰ ਸਤਿਗੁਰੂ ਦੇ ਹੱਥੋਂ ਤੀਰ ਵੱਜਦਾ ਸੀ ਉਹ ਸੱਚਖੰਡ ਜਾਂਦਾ ਸੀਗਾ ਜੀ ਸਿੱਧਾ ਜੀ ਉਹਦੀ ਮੁਕਤੀ ਹੋ ਜਾਂਦੀ ਸੀਗੀ ਜੀ। ਹਾਂਜੀ ਅਨੇਕ ਬਿਲਾਸ ਵਿਪਨ ਮਹਿ ਕਰੇ ਮਹਾਰਾਜ ਨਾਲ ਨਾਲ ਜੰਗਲ ਵਿੱਚ ਵਿਚਰਦਿਆਂ ਕਈ ਪ੍ਰਕਾਰ ਦੇ ਬਚਨ ਬਿਲਾਸ ਵੀ ਕਰਦੇ ਨੇ ਜੀ। ਹਾਂਜੀ ਸੰਧਿਆ ਜਾਣ ਸਿਵਰ ਕੋ ਫਿਰੇ ਤੇ ਸ਼ਾਮ ਹੋ ਗਈ ਸੋਦਰ ਰਹਿਰਾ ਸਾਹਿਬ ਜੀ ਦਾ ਸਮਾਂ ਹੋ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਮੁੜ ਪੌਂਟਾ ਸਾਹਿਬ ਵਾਲੇ ਅਸਥਾਨ ਤੇ ਆ ਗਏ ਜੀ ਜਿੱਥੇ ਦਰਬਾਰ ਸੱਜਦਾ ਹੁੰਦਾ ਸੀਗਾ। ਹਾਂਜੀ ਦੌਰ ਕੋਹੀਆ ਇੱਕ ਤਬ ਆਇਓ ਉਸੇ ਸਮੇਂ ਇੱਕ ਪਹਾੜੀ ਬੰਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਇਆ ਹੁਣ ਕਥਾ ਅੱਗੋਂ ਬੜੇ ਧਿਆਨ ਨਾਲ ਸੁਣਿਓ ਜੀ। ਹਾਂਜੀ ਉੱਚ ਪੁਕਾਰਤ ਬਾਕ ਸੁਣਾਇਓ ਉਹ ਉੱਚੀ ਉੱਚੀ ਪੁਕਾਰਦਾ ਹੋਇਆ ਗੁਰੂ ਸਾਹਿਬ ਕੋ ਆਇਆ ਜੀ ਪਹਾੜੀ ਬੰਦਾ ਸਾਦੇ ਜੇ ਉਹਨੇ ਕੱਪੜੇ ਪਾਏ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਜੀ ਦੇ ਸਨਮੁਖ ਹਾਜ਼ਰ ਹੋਇਆ ਜੀ ਸੋਦਰ ਦਾ ਸ਼ਾਮ ਦਾ ਨੇਮ ਹੋ ਗਿਆ ਸੰਗਤਾਂ ਬੈਠੀਆਂ ਸਨ ਰਾਜੇ ਵੀ ਬੈਠੇ ਸਨ ਤੇ ਉਹ ਪਹਾੜੀ ਬੰਦਾ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਆਇਆ ਜੀ। ਹਾਂਜੀ ਪ੍ਰਭ ਜੀ ਬੜੋ ਕੇਹਰੀ ਜੋਏ ਹੇ ਸੱਚੇ ਪਾਤਸ਼ਾਹ ਮਹਾਰਾਜ ਸੁਣਿਆ ਆਪ ਜੀ ਬੜੇ ਵੱਡੇ ਸੂਰਮੇ ਹੋ ਗੱਜ ਕੇ ਆਖੋ ਹੁਣ ਕੱਲਾ ਉੱਤੋਂ ਉੱਤੋਂ ਸੂਰਮੇ ਕਹਿਣ ਨਾਲ ਥੋੜੀ ਗੱਲ ਬਣਨੀ ਸੀਗੀ ਜੀ ਮਹਾਰਾਜ ਸੱਚੇ ਮੁੱਚੇ ਸੂਰਮੇ ਤੇ ਸੂਰਮਤਾਈ ਵਿਖਾਉਂਦੇ ਵੀ ਨੇ ਸੱਚੇ ਪਾਤਸ਼ਾਹ ਹੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਸਾਡੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਸ਼ੇਰ ਹੈਗਾ ਜੀ ਬਹੁਤ ਵੱਡਾ ਸ਼ੇਰ। ਹਾਂਜੀ ਸਗਰੀ ਦੂਣ ਜਾਣਤੀ ਸੋਏ ਮਹਾਰਾਜ ਸਾਰੇ ਜੰਗਲ ਵਿੱਚ
ਆਸੇ ਪਾਸੇ ਪਹਾੜੀ ਇਲਾਕਿਆਂ ਵਿੱਚ ਉਹ ਸ਼ੇਰ ਮਸ਼ਹੂਰ ਹੈਗਾ ਜੀ, ਅਤੇ ਇਹ ਆਪਾਂ ਗੱਲਾਂ ਸੁਣੀਆਂ ਹੀ ਨੇ। ਚਲੋ ਤੁਹਾਡੇ ਤੋਂ ਤੁਸੀਂ ਸਿਆਣੇ ਤਜਰਬੇਕਾਰ ਬੈਠੇ ਹੋ ਸਕਦਾ ਤੁਸੀਂ ਕਿਸੇ ਚਿੜੀਆ ਘਰ ਵਿੱਚ ਸ਼ੇਰ ਵੇਖਿਆ ਹੋਏ ਜੀ, ਕਿਸੇ ਚਿੜੀਆ ਘਰ ਵਿੱਚ ਜੀ, ਉਹ ਤਾਂ ਫਿਰਦਾ ਹੋਇਆ ਤਾਂ ਕਿਤੇ ਮੁਸ਼ਕਲ ਹੀ ਹੈ ਜੀ। ਹਾਂ TV ਵਿੱਚ ਬੜੀ ਵਾਰੀ ਵੇਖਿਆ ਹੋਏਗਾ ਜੀ, ਉਹਦੀ ਗੱਲ ਵੱਖਰੀ ਹੈ, ਮੈਂ ਰੀਅਲ ਦੀ ਗੱਲ ਕਰਦੇ ਹਾਂ ਜੀ, ਲਾਈਵ ਜੀ ਸਾਹਮਣੇ ਜੀ। ਹੋ ਸਕਦਾ ਆਪਾਂ 'ਚੋਂ ਕਈਆਂ ਨੇ ਵੇਖਿਆ ਹੋਵੇ ਅਤੇ ਕਈਆਂ ਨੇ ਨਾ ਵੇਖਿਆ ਹੋਵੇ ਜੀ। ਸ਼ੇਰ ਦਾ ਆਕਾਰ ਕਾਫੀ ਹੁੰਦਾ ਜੀ, ਸ਼ੇਰ ਦਾ ਭਾਰ ਵੀ ਬੜਾ ਹੁੰਦਾ ਜੀ। ਆਹ ਜਿਸ ਸ਼ੇਰ ਦੀ ਪਹਾੜੀ ਗੱਲ ਕਰ ਰਿਹਾ ਸੀ ਨਾ ਜੀ, ਇਹ ਸ਼ੇਰ ਵੈਸੇ ਹੀ ਬੜਾ ਵੱਡਾ ਸੀਗਾ ਜੀ ਮਹਾਰਾਜ। ਇਸ ਇਲਾਕੇ ਵਿੱਚ ਬਹੁਤ ਵੱਡਾ ਇੱਕ ਸ਼ੇਰ ਹੈ। ਹਾਂਜੀ, ਕੋਈ ਨਾ ਮਾਰ ਸਕਿਓ ਬੜ ਦਾਰੂ, ਸੱਚੇ ਪਾਤਸ਼ਾਹ ਬੜਾ ਭਿਆਨਕ ਸ਼ੇਰ ਹੈ, ਭਿਆਨਕ ਸ਼ੇਰ। ਅੱਜ ਤੱਕ ਕਈ ਬੰਦਿਆਂ ਨੇ ਉਹਨੂੰ ਮਾਰਨ ਦਾ ਯਤਨ ਕੀਤਾ, ਪਰ ਸੱਚੇ ਪਾਤਸ਼ਾਹ ਉਸ ਸ਼ੇਰ ਨੂੰ ਮਾਰ ਨਹੀਂ ਕੋਈ ਸਕਿਆ ਜੀ। ਹਾਂਜੀ, ਗਉ ਮਹਿਖੀ ਸੋ ਕਰਤ ਸੰਘਾਰਨ, ਤੇ ਸੱਚੇ ਪਾਤਸ਼ਾਹ ਸਾਡੀਆਂ ਗਾਵਾਂ ਮੱਝਾਂ ਜਦੋਂ ਮਰਜ਼ੀ ਉਹ ਚੁੱਕ ਕੇ ਲੈ ਜਾਂਦਾ ਹੈ ਜੀ, ਮਾਰ ਸੁੱਟਦਾ ਸੱਚੇ ਪਾਤਸ਼ਾਹ। ਇਹ ਨਾ ਜੀ ਜੰਗਲੀ ਜੀਵਨ ਜਿਹੜਾ ਉਸ ਉਹਨਾਂ ਇਲਾਕਿਆਂ ਦਾ ਬੜੇ ਡਰ ਭੈ ਵਾਲਾ ਹੁੰਦਾ ਜੀ, ਕੋਈ ਪਤਾ ਹੀ ਨਹੀਂ ਕਿਹੜੇ ਵੇਲੇ ਕਿਹੜੇ ਜਾਨਵਰ ਨੇ ਨਿਕਲ ਆਉਣਾ ਜੀ। ਸੱਚੇ ਪਾਤਸ਼ਾਹ ਬੜੀ ਤੰਗੀ ਬਣੀ ਹੈ ਮਹਾਰਾਜ, ਗਾਵਾਂ ਮੱਝਾਂ ਦੀ ਜਾਨ ਹਰ ਵਕਤ ਖਤਰੇ 'ਚ ਹੈ। ਹਾਂਜੀ, ਕਿਤਕ ਦਿਵਸ ਮੈਂ ਏਕ ਦ੍ਰਿਸ਼ਟ ਆਇਓ, ਹਾਂਜੀ ਗਯੋ ਹੁਤੋ ਕਿਤ ਅਬ ਚਲ ਆਇਓ। ਤੇ ਮਹਾਰਾਜ ਸਾਰੀ ਗੱਲ ਸੁਣ ਰਹੇ ਜੀ, ਧਿਆਨ ਨਾਲ ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸਾਰੀ ਗੱਲ ਸੁਣ ਰਹੇ, ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੇ ਲਾਗੇ ਰਾਜੇ ਬੈਠੇ, ਰਾਜੇ ਵੀ ਮੇਰੀ ਗੱਲ ਸੁਣ ਰਹੇ ਨੇ। ਕੁਝ ਦਿਨ ਪਹਿਲਾਂ ਇਹ ਸ਼ੇਰ ਕਿਤੇ ਬਾਹਰ ਦੇ ਇਲਾਕੇ 'ਚ ਗਿਆ ਸੀਗਾ, ਹੁਣ ਫਿਰ ਇੱਥੇ ਆ ਗਿਆ ਮਹਾਰਾਜ, ਫਿਰ ਸ਼ੇਰ ਆ ਗਿਆ। ਅਤੇ ਜਦੋਂ ਦਾ ਸੱਚੇ ਪਾਤਸ਼ਾਹ ਆਇਆ ਲੋਕ ਡਰਨ ਦੇ ਇਹਦੇ ਕੋਲੋਂ ਜੀ, ਲੋਕ ਡਰਦੇ ਨੇ ਸ਼ੇਰ ਤੋਂ। ਹਾਂਜੀ, ਦੋਨੋਂ ਰਾਵ ਗੁਰੂ ਜੁੱਤ ਸੁਣਿਓ, ਗੁਰੂ ਸਾਹਿਬ ਨੇ ਬੜੇ ਧਿਆਨ ਨਾਲ ਉਹਦੀ ਗੱਲ ਸੁਣੀ ਜੀ, ਬੜੇ ਧਿਆਨ ਨਾਲ ਜੀ। ਰਾਜੇ ਮੇਧਨੀ ਪ੍ਰਕਾਸ਼ ਨੇ ਵੀ ਗੱਲ ਧਿਆਨ ਨਾਲ ਸੁਣੀ ਅਤੇ ਫਤਿਹ ਸ਼ਾਹ ਨੇ ਵੀ ਗੱਲ ਧਿਆਨ ਨਾਲ ਸੁਣੀ। ਹਾਂਜੀ, ਸੰਧਿਆ ਪਰੀ ਜਾਨ ਪ੍ਰਭ ਭਨਿਓ, ਤੇ ਹੁਣ ਸ਼ਾਮ ਦਾ ਸਮਾਂ ਹੋ ਗਿਆ ਸੀਗਾ, ਸੋਧਰ ਦੇ ਦੀਵਾਨ ਸੱਜ ਚੁੱਕੇ ਸਨ। ਮਹਾਰਾਜ ਨੇ ਸ਼ਾਮ ਦਾ ਸਮਾਂ ਜਾਣ ਕੇ ਉਹਨੂੰ ਪਹਾੜੀ ਬੰਦੇ ਨੂੰ ਇਸ ਤਰ੍ਹਾਂ ਆਖਿਆ ਜੀ, ਹਾਂਜੀ ਆਪਣਾ ਸਮਾਂ ਮਾਰਨ ਕੋ ਰਹੇ ਹੋ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜਿਵੇਂ ਤੂੰ ਦੱਸ ਰਿਹਾ ਲੋਕ ਸ਼ੇਰ ਤੋਂ ਦੁਖੀ ਬੜੇ ਨੇ, ਤੇ ਜੇ ਅਸੀਂ ਚਾਹੀਏ ਤੇ ਹੁਣੇ ਜਾ ਕੇ ਮਾਰ ਆਉਂਦੇ। ਕਹਿਣ ਲੱਗੇ ਉਹਨੂੰ, ਪਰ ਸਾਡੇ ਕੋਲ ਰਾਜੇ ਵੀ ਬੈਠੇ ਨੇ। ਮਹਾਰਾਜ ਕਹਿਣ ਲੱਗੇ ਕੱਲ ਦਿਨੇ ਜਾਵਾਂਗੇ ਤੇ ਦਿਨੇ ਸ਼ੇਰ ਨੂੰ ਵੇਖਾਂਗੇ। ਕਹਿਣ ਲੱਗੇ ਹਾਂਜੀ, ਚਲੇ ਪ੍ਰਾਤ ਜਿਸ ਥਲ ਤੈ ਲਹਿਓ, ਕਹਿਣ ਲੱਗੇ ਸਵੇਰੇ ਚੱਲਾਂਗੇ, ਤੂੰ ਸਾਡੀ ਅਗਵਾਈ ਕਰਨੀ ਭਾਈ। ਉਹ ਕਹਿਣ ਲੱਗਾ ਸਤ ਬਚਨ। ਮਹਾਰਾਜ ਕਹਿਣ ਲੱਗੇ ਜਿਸ ਇਲਾਕੇ ਵਿੱਚ ਸ਼ੇਰ ਹੋਏਗਾ ਸਾਨੂੰ ਸ਼ੇਰ ਦੇ ਸਾਹਮਣੇ ਲੈ ਜੀ, ਤੇ ਅਸੀਂ ਆਪੇ ਵੇਖ ਲਵਾਂਗੇ ਜੀ। ਸ਼ੇਰ ਨਾ ਸਾਹਮਣੇ ਆ ਜਾਏ ਬੰਦੇ ਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਜੀ, ਸ਼ੇਰ ਸ਼ੇਰ ਹੀ ਹੁੰਦਾ ਜੀ। ਹਾਂਜੀ, ਇਹਦੇ ਤੇ ਕੁੱਤਿਆਂ ਤੋਂ ਵੀ ਫੌਜਾਂ ਡਰ ਪੈਂਦੀਆਂ। ਗੱਜ ਕੇ ਆਖੋ ਵਾਹਿਗੁਰੂ, ਇਹ ਸ਼ੇਰ ਤੇ ਬੜਾ ਵੱਡਾ ਹੁੰਦਾ ਜੀ। ਹਾਂਜੀ, ਤੇ ਸ਼ੇਰ ਦਾ ਤੇ ਨਾਮ ਹੀ ਬੜਾ ਹੋਰ ਤਰ੍ਹਾਂ ਦਾ ਹੁੰਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਦਿਨੇ ਆਈ, ਕਹਿਣ ਲੱਗੇ ਦਿਨੇ ਸਾਨੂੰ ਨਾਲ ਲੈ ਜੀ, ਜਿੱਥੇ ਸ਼ੇਰ ਹੋਏਗਾ ਵੇਖ ਲਾਂਗੇ। ਹਾਂਜੀ, ਪ੍ਰਭ ਬਚ ਜੁਗ ਭੂਪਨ ਸਨਮਾਨਾ, ਤੇ ਮਹਾਰਾਜ ਦਾ ਬਚਨ ਰਾਜਿਆਂ ਨੇ ਵੀ ਸੁਣਿਆ ਤੇ ਉਹ ਪੁਕਾਰ ਕਰਨ ਵਾਲੇ ਨੇ ਵੀ ਸੁਣਿਆ ਜੀ। ਹਾਂਜੀ, ਆਪ ਪ੍ਰਭਾਤੀ ਕਰੋ ਪਿਆਨਾ, ਤੇ ਰਾਜੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਵੀ ਤੁਹਾਡੇ ਨਾਲ ਜਾਣਾ। ਮਹਾਰਾਜ ਕਹਿੰਦੇ ਨਾਲ ਜਾਣਾ ਨੀ, ਤੁਹਾਨੂੰ ਅਸੀਂ ਲੈ ਕੇ ਜਾਣਾ ਨਾਲ। ਕਹਿਣ ਲੱਗੇ ਰਾਜੇ ਵੀ ਆਪਣੇ ਆਪ ਨੂੰ ਸਮਝਦੇ ਨਾ, ਅਸੀਂ ਰਾਜੇ ਹਾਂ, ਤੇ ਮਹਾਰਾਜ ਨੇ ਇਹਨਾਂ ਦਾ ਵੀ ਮਾਣ ਭੰਨਣਾ ਜੀ। ਹਾਂਜੀ, ਮਹਾਰਾਜ ਕਹਿੰਦੇ ਤੁਹਾਨੂੰ ਨਾਲ ਲੈ ਕੇ ਜਾਣਾ ਅਸੀਂ ਸਵੇਰੇ। ਹਾਂਜੀ, ਹਮ ਸਭ ਚੜ੍ਹੇ ਤਮਾਸ਼ਾ ਲਹੈ, ਅਸੀਂ ਸਾਰੇ ਹੀ ਚੱਲਣੇ, ਅਸੀਂ ਸਾਰੇ ਚੱਲਾਂਗੇ। ਕਹਿਣ ਲੱਗੇ ਇੱਕ ਬੰਨੇ ਮੇਧਨੀ ਪ੍ਰਕਾਸ਼ ਦੀ ਫੌਜ ਜਾਏਗੀ, ਇੱਕ ਬੰਨੇ ਫਤਿਹ ਸ਼ਾਹ ਦੀ ਫੌਜ ਜਾਏਗੀ, ਇੱਕ ਬੰਨੇ ਸਾਡੀ ਫੌਜ ਜਾਏਗੀ। ਕਹਿਣ ਲੱਗੇ ਹਾਂਜੀ,
ਮਾਰਗ ਘੇਰ ਨਹੀਂ ਬਚ ਰਹੇ ਤੇ ਮਹਾਰਾਜ ਕਹਿੰਦੇ ਘੇਰ ਕੇ ਮਾਰਾਂਗੇ ਉਹਨੂੰ ਹਾਂਜੀ ਇੱਕ ਸਾਹਮਣੇ ਉਹ ਬੰਦੂਕਾਂ ਚਲਾ ਕੇ ਮਾਰਨਾ ਇੱਕ ਘੇਰ ਕੇ ਮਾਰਨਾ ਬੜਾ ਫਰਕ ਹੁੰਦਾ ਜੀ ਸ਼ੇਰ ਨੂੰ ਮਹਾਰਾਜ ਕਹਿੰਦੇ ਘੇਰ ਕੇ ਮਾਰਾਂਗੇ ਸ਼ੇਰ ਨੂੰ ਹਾਂਜੀ ਇਹਨੂੰ ਕਹੇ ਗਮਨੇ ਸਨਮੁਖ ਡੇਰੇ ਇਹ ਬਚਨ ਹੋਏ ਰਾਜੇ ਆਪੋ ਆਪਣੇ ਡੇਰਿਆਂ ਵਿੱਚ ਚਲੇ ਗਏ ਜਿੱਥੇ ਜਿੱਥੇ ਉਹਨਾਂ ਦੇ ਪੜਾਅ ਲੱਗੇ ਸੀਗੇ ਜੀ ਹਾਂਜੀ ਕਰੈ ਸਰਾਹਣ ਸ਼ੇਰ ਵਡੇਰੇ ਜਾਂਦੇ ਜਾਂਦੇ ਸ਼ੇਰ ਦੀ ਤਰੀਫਾਂ ਕਰਦੇ ਰਹਿੰਦੇ ਤੇ ਉਹ ਵੀ ਉੱਥੇ ਸੀਗੇ ਜੀ ਪਤਾ ਸੀ ਉਹਨਾਂ ਨੂੰ ਵੀ ਜਿਸ ਸ਼ੇਰ ਦੀ ਉਹ ਗੱਲ ਪਹਾੜੀਆ ਕਰਦਾ ਉਹ ਸ਼ੇਰ ਵਾਕਈ ਬੜਾ ਵੱਡਾ ਹੈ ਜੀ ਵਾਕਈ ਬੜਾ ਵੱਡਾ ਜੀ ਹਾਂਜੀ ਪ੍ਰਥਮ ਹਤੇ ਤਿੰਨ ਗਾਥ ਸੁਣਾਵੇ ਤੇ ਉਹ ਇਹਨਾਂ ਨੂੰ ਇਹ ਵੀ ਪਤਾ ਇਸ ਸ਼ੇਰ ਨੂੰ ਮਾਰਨ ਤੋਂ ਪਹਿਲਾਂ ਗੁਰੂ ਜੀ ਨੇ ਪਹਿਲਾਂ ਵੀ ਸ਼ੇਰਾਂ ਦਾ ਸ਼ਿਕਾਰ ਕੀਤਾ ਹੈ ਜੀ ਹਾਂਜੀ ਭੀਰ ਅਨੇਕ ਸਹਿਤ ਚੱਲ ਆਵੇ ਰੱਜ ਕੇ ਆਖੋ ਵਾਹਿਗੁਰੂ ਪਰ ਰਾਜੇ ਆਪਣੇ ਆਪ ਨੂੰ ਫਸਿਆ ਹੋਇਆ ਵੀ ਮਹਿਸੂਸ ਕਰਦੇ ਨੇ ਜੀ ਵੀ ਅੱਜ ਤੱਕ ਆਹ ਜਿਹੜਾ ਸ਼ੇਰ ਹੈ ਨਾ ਇਹਨੂੰ ਮਾਰਨ ਦਾ ਕਈਆਂ ਨੇ ਯਤਨ ਕੀਤਾ ਤੇ ਬੰਦੇ ਬਚਦੇ ਨਹੀਂ ਰਹੇ ਜੀ ਤੇ ਮਹਾਰਾਜ ਕਹਿੰਦੇ ਨਾਲ ਲੈ ਕੇ ਜਾਣਾ ਹੁਣ ਪਤਾ ਨੀ ਸਵੇਰੇ ਕੀ ਬਣੇਗਾ ਹਾਂਜੀ ਤਿਮਰ ਪ੍ਰਵਰਤੇ ਉਤਰੇ ਆਏ ਨਿਜ ਨਿਜ ਸਿਵਰ ਵਿਖੇ ਸੁਖ ਪਾਏ ਚਲੋ ਰਾਤ ਸਾਰਿਆਂ ਨੇ ਆਰਾਮ ਕੀਤਾ ਗੁਰੂ ਸਾਹਿਬ ਸੁਖ ਆਸਨ ਹੋ ਗਏ ਜੀ ਆਪਣੇ ਨਿਜ ਸਥਾਨ ਤੇ ਚਲੇ ਗਏ ਫੌਜਾਂ ਨੇ ਸਾਰਿਆਂ ਨੇ ਰਾਤ ਆਰਾਮ ਕੀਤਾ ਹਾਂਜੀ ਵਿਦਤ ਬਰਤੰਤ ਕੇਹਰੀ ਕੇਰਾ ਤੇ ਅਗਲੇ ਦਿਨ ਸਵੇਰ ਚੜੀ ਤੇ ਦਿਨ ਚੜਦਿਆਂ ਸਾਰੀ ਰੌਲਾ ਪੈਣਾ ਸ਼ੁਰੂ ਹੋ ਗਿਆ ਵੀ ਅੱਜ ਗੁਰੂ ਜੀ ਨੇ ਸ਼ੇਰ ਦੇ ਸ਼ਿਕਾਰ ਤੇ ਜਾਣਾ ਜੀ ਅੱਜ ਕੇ ਆਖੋ ਫਿਰ ਬੇਨਤੀ ਹੈ ਸ਼ੇਰ ਦਾ ਸ਼ਿਕਾਰ ਬੜੀ ਵੱਡੀ ਗੱਲ ਹੈ ਜੀ ਹਾਂਜੀ ਤੇ ਹੁਣ ਤੇ ਕੁੱਤੇ ਦਾ ਵੀ ਸ਼ਿਕਾਰ ਕਰਨਾ ਹੋਏ ਤੇ ਬੜਾ ਕੁਝ ਕਰਨਾ ਪਏਗਾ ਜੀ ਬੰਦੇ ਨੂੰ ਜੀ ਅਗਲਾ ਭੱਜ ਜੇ ਕਿੰਨਾ ਕੁ ਬੰਦਾ ਪਿੱਛੇ ਭੱਜੀ ਜਾਏਗਾ ਬਗੈਰ ਗੋਲੀ ਤੋਂ ਸ਼ਿਕਾਰ ਕਰਨਾ ਜੀ ਹਾਂਜੀ ਮਹਾਰਾਜ ਨੇ ਸ਼ੇਰ ਦੇ ਸ਼ਿਕਾਰ ਤੇ ਜਾਣਾ ਇਹ ਆਸੇ ਪਾਸੇ ਸਾਰੇ ਪਾਉਂਟਾ ਸਾਹਿਬ ਚ ਖਬਰ ਫੈਲ ਗਈ ਜੀ ਹਾਂਜੀ ਉਹ ਜੰਗ ਤੇ ਸੰਗ ਸਵੇਰਾ ਇਹ ਵੀ ਪਤਾ ਵੀ ਸ਼ੇਰ ਦਾ ਸ਼ਿਕਾਰ ਐਵੇਂ ਨੀ ਹੋਣਾ ਸੁਣਿਆ ਸ਼ੇਰ ਬੜਾ ਵੱਡਾ ਇੰਨਾ ਵੱਡਾ ਸ਼ੇਰ ਆਪਣੇ ਆਪ ਨੂੰ ਮਾਰਨ ਦਿੰਦਾ ਜੀ ਬੰਦੇ ਨੂੰ ਜੀ ਸ਼ੇਰ ਨਾਲ ਜੰਗ ਵੀ ਹੋਏਗੀ ਜੀ ਸਿੱਖਾਂ ਨੂੰ ਤੇ ਪਤਾ ਹਾਂਜੀ ਖਾਣ ਪਾਣ ਕਰ ਕੈ ਸਮਝਾਏ ਸਾਰੀਆਂ ਫੌਜਾਂ ਨੇ ਛੇਤੀ ਛੇਤੀ ਹੱਲੇ ਨਾਲ ਜਲ ਪਾਣੀ ਛਕ ਲਿਆ ਜੀ ਹਾਂਜੀ ਸੁਪਤ ਜਥਾ ਸੁਖ ਰਾਤ ਬਿਤਾਏ ਸੋਚ ਇਸ਼ਨਾਨ ਸਕਲ ਕਰ ਲੀਨ ਹਾਂਜੀ ਤਵਰਨ ਜੀਤ ਬਜਾਵਨ ਕੀਨ ਤੇ ਗੁਰਮੁਖੋ ਫਿਰ ਸਾਰੇ ਤਿਆਰ ਸ਼ਿਆਰ ਹੋ ਗਏ ਤੇ ਗੁਰੂ ਸਾਹਿਬ ਨੇ ਰਣਜੀਤ ਨਗਾਰੇ ਵਾਲੇ ਨੂੰ ਹੁਕਮ ਲਾਇਆ ਜੀ ਗੱਜ ਕੇ ਆਖੋ ਵਾਹਿਗੁਰੂ ਰਣਜੀਤ ਨਗਾਰੇ ਨੂੰ ਰਣਜੀਤ ਨਗਾਰੇ ਵਾਲੇ ਨੂੰ ਆਖਿਆ ਮਹਾਰਾਜ ਕਹਿੰਦੇ ਜਦੋਂ ਜਾਣਾ ਭਾਈ ਰਣਜੀਤ ਨਗਾਰਾ ਵਜਾਉਣਾ ਤੂੰ ਹਾਂਜੀ ਸੁਣ ਸਭ ਜੀਣ ਤਰੰਗਣ ਪਾਏ ਜੁਗ ਭੂਪਣ ਤਿਆਰੀ ਕਰਵਾਏ ਰਣਜੀਤ ਨਗਾਰੇ ਵਾਲੇ ਨੇ ਰਣਜੀਤ ਨਗਾਰਾ ਵਜਾਇਆ ਇਹਦਾ ਅਰਥ ਸੀ ਵੀ ਮਹਾਰਾਜ ਸ਼ੇਰ ਦੇ ਸ਼ਿਕਾਰ ਤੇ ਜਾਣ ਵਾਸਤੇ ਤਿਆਰ ਨੇ ਸਾਰੇ ਤਿਆਰ ਹੋ ਜਾਓ ਜੀ ਨਗਾਰੇ ਦੀ ਆਵਾਜ਼ ਸੁਣ ਕੇ ਰਾਜੇ ਵੀ ਤਿਆਰ ਹੋ ਗਏ ਜੀ ਦੋਵੇਂ ਜੀ ਫੌਜਾਂ ਵੀ ਤਿਆਰ ਹੋ ਗਈਆਂ ਜੀ ਤੇ ਕੱਲ੍ਹ ਪਰਸੋਂ ਤੱਕ ਤੁਹਾਨੂੰ ਨਗਾਰੇ ਦੀ ਆਵਾਜ਼ ਆਪਾਂ ਵੀ ਸੁਣਾਵਾਂਗੇ ਜੀ ਨਗਾਰਾ ਆ ਗਿਆ ਜੀ ਤੇ ਧੁੱਪ ਧੱਪ ਲਵਾ ਰਹੇ ਹਾਂ ਜੀ ਉਹਨੂੰ ਮੈਨੂੰ ਬਾਹਰੋਂ ਬੜੇ ਸੰਗਤਾਂ ਨੇ ਫੋਨ ਕੀਤਾ ਵੀ ਨਗਾਰੇ ਦੀ ਸੇਵਾ ਅਸੀਂ ਕਰਨੀ ਮੈਂ ਕਿਹਾ ਕਰਨ ਵਾਲੇ ਕਰ ਗਏ ਜੀ ਹੁਣ ਜੀ ਹਾਂਜੀ ਤੇ ਕੱਲ੍ਹ ਪਰਸੋਂ ਤੱਕ ਆਪਾਂ ਵੀ ਤੁਹਾਨੂੰ ਆਵਾਜ਼ ਸੁਣਾਵਾਂਗੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਰਣਜੀਤ ਨਗਾਰਾ ਵਜਿਆ ਸਾਰਿਆਂ ਨੇ ਤਿਆਰੀਆਂ ਆਰੰਭ ਕਰਤੀਆਂ ਜਾਣ ਦੀਆਂ ਜੀ ਹਾਂਜੀ ਸੁਪਟਨ ਸਹਿਤ ਰੂੜਤ ਭਏ ਹਾਂਜੀ ਆਯੁਧ ਖੜਗ ਧਾਰ ਕਰ ਲਏ ਸਾਰਿਆਂ ਨੇ ਉਹ ਜਿਹੜੇ ਵਾਹਿਗੁਰੂ ਦੋ ਰਾਜੇ ਨੇ ਉਹਨਾਂ ਨੇ ਵੀ ਸ਼ਸਤਰ ਸਜਾ ਲਏ ਆਪਣੇ ਸਰੀਰ ਤੇ ਹਾਂਜੀ ਸਤਿਗੁਰ ਕਲਗੀ ਸੀਸ ਉਤੰਗ ਮਹਾਰਾਜ ਆਪਣੇ ਆਸਣ ਤੇ ਖਲੋਤੇ ਨੇ ਗੱਜ ਕੇ ਆਖੋ ਵਾਹਿਗੁਰੂ ਆਪਣੇ ਆਸਣ ਵਾਲੀ ਜਗ੍ਹਾ ਤੇ ਖੜੇ ਨੇ ਦਸਤਾਰਾ ਮਹਾਰਾਜ ਦਸਵੇਂ ਪਾਤਸ਼ਾਹ ਸਜਾ ਰਹੇ ਦਸਤਾਰੇ ਤੇ ਮਹਾਰਾਜ ਨੇ ਕਲਗੀ ਸਜਾਈ ਹੈ ਹਾਂਜੀ ਦੇਪਤ ਸਰੂਪ ਵਿਭੂਖਣ ਸੰਗ ਮਹਾਰਾਜ ਨੇ ਵਧੀਆ ਲਿਸ਼ਕਦਾ ਹੋਇਆ ਚੋਲਾ ਸੱਚੇ ਪਾਤਸ਼ਾਹ ਨੇ ਆਪਣੇ ਤਨ ਤੇ ਸਜਾਇਆ ਜੀ ਹਾਂਜੀ ਗਰਸ਼ਮ ਸ਼ੇਰ ਸਿਪਰ ਕਹੁਤਾਰੀ ਇਸ ਪਾਸੇ ਵੱਡੀ ਸ੍ਰੀ ਸਾਹਿਬ ਸੱਚੇ ਪਾਤਸ਼ਾਹ ਨੇ ਧਾਰਨ ਕੀਤੀ ਜੀ ਹਾਂਜੀ ਕਸ ਨੇ ਖੰਗ ਗਹਿ ਕਰ ਧਨ ਭਾਰੀ ਸੱਚੇ ਪਾਤਸ਼ਾਹ ਨੇ ਤੀਰ ਕਮਾਨ ਵੀ ਸਜਾਇਆ ਜੀ
ਤੀਰ ਕਮਾਨ ਵੀ ਸਜਾਇਆ ਜੀ। ਹਾਂਜੀ ਤੁੰਗ ਮਤੰਗ ਅਰੂੜਤ ਭਏ ਤੇ ਸਿੱਖ ਪੁੱਛਦੇ ਮਹਾਰਾਜ ਹਾਥੀ ਤੇ ਜਾਣਾ ਕਿ ਘੋੜੇ ਤੇ ਜਾਣਾ। ਗੱਜ ਕੇ ਆਖੋ ਉਹ ਜਿਹੜੇ ਨਾਲ ਰਾਜੇ ਉਹਨਾਂ ਤੇ ਘੋੜਿਆਂ ਤੇ ਜਾਣਾ ਸੀਗਾ ਜੀ। ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਕਹਿਣ ਲੱਗੇ ਆਪਾਂ ਜੰਗਲ ਵਿੱਚ ਜਾਣਾ, ਨਾਲ ਸਾਡੀਆਂ ਫੌਜਾਂ ਆਉਣੀਆਂ, ਹਾਥੀ ਤਿਆਰ ਕਰੋ। ਕਹਿਣ ਲੱਗੇ ਹਾਥੀ ਤੇ ਚੜ ਕੇ ਜਾਣਾ ਜੀ। ਹਾਂਜੀ ਦਸਵੇਂ ਪਾਤਸ਼ਾਹ ਜੀ ਵਾਸਤੇ ਹਾਥੀ ਤੇ ਆਸਣ ਲਾਇਆ ਜੀ, ਤੇ ਮਾਫ ਕਰਿਓ ਹੁਣ ਕੋਈ ਦਸਵੇਂ ਪਾਤਸ਼ਾਹ ਜੀ ਦੀ ਰੀਸ ਕਰਕੇ ਹਾਥੀ ਤੇ ਆਸਣ ਲਾਉਣ ਬਾਰੇ ਨਾ ਸੋਚੇ ਜੀ। ਇਹ ਗੱਲਾਂ ਗੁਰੂਆਂ ਨੂੰ ਫੱਬਦੀਆਂ ਜੀ, ਵੱਡਿਆਂ ਨੂੰ ਫੱਬਦੀਆਂ, ਸਿੱਖ ਸਿੱਖ ਹੀ ਹੈਗਾ ਜੀ। ਹਾਂਜੀ ਹਾਥੀ ਤੇ ਆਸਣ ਲੱਗ ਸਕਦਾ ਅੱਜ ਵੀ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਸਜਾਇਆ ਸੀਗਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੀ। ਦਸਵੇਂ ਪਾਤਸ਼ਾਹ ਮਹਾਰਾਜ ਹਾਥੀ ਤੇ ਸੱਜ ਗਏ ਜੀ ਫਿਰ। ਹਾਂਜੀ ਵਹਿਰ ਸਿਵਰ ਤੇ ਨਿਕਸਤ ਭਏ, ਆਪਣੇ ਡੇਰੇ ਤੋਂ ਬਾਹਰ ਗਏ, ਨਗਾਰੇ ਵਾਲਾ ਨਗਾਰਾ ਵਜਾ ਰਿਹਾ, ਨਰਸਿੰਘੇ ਵਾਲਾ ਨਰਸਿੰਘਾ ਵਜਾ ਰਿਹਾ ਜੀ। ਹਾਂਜੀ ਥਿਤ ਹੋਏ ਦੋਨੋਂ ਭੂਪ ਮਿਲਾਏ, ਤੇ ਦੋਵੇਂ ਰਾਜੇ ਵੀ ਮਹਾਰਾਜ ਦੇ ਨਾਲ ਨਾਲ ਤੁਰਨਾ ਆਰੰਭ ਹੋ ਗਏ ਜੀ। ਹਾਂਜੀ ਸੋ ਕੋਹੀਆ ਕੀਨਸ ਅਗਵਾਏ, ਤੇ ਮਹਾਰਾਜ ਨੇ ਉਹਨੂੰ ਸੱਦਿਆ ਜੀ ਉਹ ਜਿਹਨੇ ਪੁਕਾਰ ਕੀਤੀ ਸੀਗੀ ਪਹਾੜੀਏ ਨੇ। ਮਹਾਰਾਜ ਕਹਿੰਦੇ ਆ ਭਾਈ, ਅੱਗੇ ਅੱਗੇ ਲੱਗ। ਕਹਿਣ ਲੱਗੇ ਉਹ ਅੱਗੇ ਅੱਗੇ ਲੱਗ ਗਿਆ ਜੀ। ਹਾਂਜੀ ਗਹਿਬਰ ਬਣ ਕੇ ਪੰਥ ਪਧਾਰੇ, ਤੇ ਐ ਸੰਘਣੇ ਜੰਗਲ ਵਾਲੇ ਪਾਸੇ ਮਹਾਰਾਜ ਹਾਥੀ ਤੇ ਚੜੇ। ਮਹਾਰਾਜ ਹਾਥੀ ਤੇ ਚੜ ਕੇ ਸੰਘਣੇ ਜੰਗਲ ਵਾਲੇ ਪਾਸੇ ਜਾ ਰਹੇ ਨੇ ਜੀ, ਨਾਲ ਨਾਲ ਪਿੱਛੇ ਪਿੱਛੇ ਰਾਜੇ ਜਾ ਰਹੇ ਨੇ। ਇੱਕ ਬੰਨੇ ਮੇਦਨੀ ਪ੍ਰਕਾਸ਼ ਦੀ ਫੌਜ ਹੈ, ਇੱਕ ਬੰਨੇ ਫਤਿਹ ਸ਼ਾਹ ਦੀ ਫੌਜ ਹੈ, ਤੇ ਵਿਚਕਾਰ ਗੁਰੂ ਕੀ ਫੌਜ ਜਾ ਰਹੀ ਹੈ ਜੀ। ਇਹ ਤੇ ਮਹਾਰਾਜ ਨੇ ਵੈਸੇ ਖੁਸ਼ੀ ਨਾਲ ਹੀ ਇੰਨਾ ਲਾਮ ਲਸ਼ਕਰ ਲਿਆ, ਤੇ ਹਾਥੀ ਨੂੰ ਤੇ ਵਾਹਿਗੁਰੂ ਸ਼ੇਰ ਨੂੰ ਤੇ ਮਹਾਰਾਜ ਇੱਕ ਤੀਰ ਨਾਲ ਵੀ ਮਾਰ ਸਕਦੇ ਨੇ ਜੀ। ਮਹਾਰਾਜ ਵਾਸਤੇ ਬਹੁਤੀ ਵੱਡੀ ਗੱਲ ਨਹੀਂ ਹੈਗੀ ਜੀ, ਪਰ ਉਹ ਰਾਜਿਆਂ ਦੀ ਵੀ ਹਉਮੈ ਤੋੜਨੀ ਹੈ ਜੀ। ਹਾਂਜੀ ਨਿਰਪਯੋਗ ਸੰਗ ਸੁਪੱਟ ਗਣ ਭਾਰੇ, ਤੇ ਬੜੇ ਸੂਰਬੀਰ ਨਾਲ ਲਏ ਦੋਵਾਂ ਰਾਜਿਆਂ ਨੇ। ਹਾਂਜੀ ਦਲ ਕੋ ਪਰਾ ਦੂਰ ਲੱਗ ਕਰਿਓ, ਹਾਂਜੀ ਖੋਜਤ ਭਏ ਹੋਏ ਕਿਤ ਥਿਰ ਰਹਿ। ਤੇ ਉਹ ਦੋਵਾਂ ਪਾਸਿਆਂ ਸੈਨਾ ਦੀ ਲਾਈਨਾਂ ਬਣ ਗਈਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਪਹਾੜੀਏ ਨੂੰ ਪੁੱਛਦੇ ਦੱਸ ਕਿੱਥੇ ਕੁ ਵੇਖਿਆ ਸੀ ਸ਼ੇਰ ਗੱਜ ਕੇ ਆਖੋ। ਉਹਨੇ ਦੱਸਿਆ ਮਹਾਰਾਜ ਇਸ ਇਲਾਕੇ 'ਚ ਸ਼ੇਰ ਵੇਖਿਆ ਇਸ ਇਲਾਕੇ 'ਚ। ਮਹਾਰਾਜ ਨੇ ਫੌਜਾਂ ਡਾਹਤੀਆਂ। ਮਹਾਰਾਜ ਕਹਿੰਦੇ ਲੱਭੋ ਭਾਈ ਸ਼ੇਰ ਨੂੰ, ਸ਼ੇਰ ਕਿੱਥੇ ਆ। ਹਾਂਜੀ ਜਬ ਵਿਸਾਲ ਬਨ ਗਾਹਨ ਕੀਨਾ, ਤੇ ਬੜਾ ਵੱਡਾ ਜੰਗਲ ਸੀਗਾ ਤੇ ਗਾਹਨ ਕੀਨਾ ਸਾਰੇ ਜੰਗਲ ਵਿੱਚ ਸ਼ੇਰ ਲੱਭਦੇ ਫਿਰਦੇ ਜੀ ਉਹ ਜੀ। ਹਾਂਜੀ ਸੁਗਮ ਬਿਖਮ ਥਲ ਖੋਜ ਸੁਲੀਨਾ, ਔਖੇ ਸੌਖੇ ਸਾਰੇ ਥਾਂ ਫੌਲ ਮਾਰੇ ਤੇ ਸ਼ੇਰ ਨਾ ਲੱਭਾ ਜੀ। ਹਾਂਜੀ ਕੇਤਕ ਪਹਾੜੇ ਸ਼ੂਕਰ ਮਾਰੇ, ਹਾਂਜੀ ਉਦ ਕੁਲਾਹਲ ਬਿਪਰ ਮਝਾਰੇ, ਤੇ ਜੰਗਲ ਦੇ ਵਿੱਚ ਸਾਧ ਸੰਗਤ ਜੀ ਆਸੇ ਪਾਸੇ ਪੂਰਾ ਕੁਲਾਹਲ ਮੱਚਿਆ ਪਿਆ ਜੀ ਸ਼ੇਰ ਨੂੰ ਲੱਭਣ ਵਾਸਤੇ ਨਾ ਜੀ, ਪੂਰਾ ਕੋਲਾਹਲ ਮੱਚਿਆ ਪਿਆ। ਕੋਈ ਇੱਧਰ ਵੜਿਆ ਕੋਈ ਇੱਧਰ ਵੜਿਆ, ਉੱਚੀਆਂ ਨੀਵੀਆਂ ਥਾਵਾਂ ਤੇ ਸਾਰੇ ਸ਼ੇਰ ਨੂੰ ਲੱਭਦੇ ਫਿਰਦੇ ਨੇ ਜੀ। ਸੰਘਣੇ ਬ੍ਰਿਖ ਉਲੰਘਤ ਪਏ, ਹਾਂਜੀ ਉਹਨੇ ਆਛੇ ਥਲ ਮਹਿ ਚੱਲ ਗਏ, ਤੇ ਸੱਚੇ ਪਾਤਸ਼ਾਹ ਮਹਾਰਾਜ ਪੁੱਛਦੇ ਉਹ ਕੰਪਲੇਂਟ ਕਰਨ ਵਾਲੇ ਨੂੰ। ਮਹਾਰਾਜ ਕਹਿੰਦੇ ਤੇਰਾ ਸ਼ੇਰ ਹੀ ਨਹੀਂ ਲੱਭ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਹਾਥੀ ਤੇ ਮਹਾਰਾਜ ਬੈਠੇ, ਮਹਾਰਾਜ ਕਹਿਣ ਲੱਗੇ ਸ਼ੇਰ ਨਹੀਂ ਨਜ਼ਰ ਆ ਰਿਹਾ। ਕਹਿਣ ਲੱਗਾ ਮਹਾਰਾਜ ਹੋਰ ਸੰਘਣੇ ਜੰਗਲ ਦੇ ਅੰਦਰ ਜਾਂਦੇ ਹਾਂ, ਹੋਰ ਸੰਘਣੇ ਜੰਗਲ ਦੇ ਅੰਦਰ ਚਲੇ ਗਏ ਜੀ। ਜੰਗਲ ਬੜੇ ਬੜੇ ਸੰਘਣੇ ਹੁੰਦੇ ਜੀ, ਜੰਗਲ ਵਿੱਚ ਇੱਕ ਵਾਰ ਜਿਨ੍ਹਾਂ ਦਾ ਰਸਤਾ ਗਵਾਚਦੇ ਦੂਜੀ ਵਾਰੀ ਲੱਭਣਾ ਔਖਾ ਹੋ ਜਾਂਦਾ ਹੁੰਦਾ ਜੀ। ਹਾਂਜੀ ਤਿਸਕੇ ਨਿਕਟ ਬਿਖਮ ਇੱਕ ਥਾਏ, ਹਾਂਜੀ ਕੰਟਕ ਸਹਿਤ ਬ੍ਰਿਖ ਕੀ ਛਾਏ, ਹਾਂਜੀ ਸੁਪਤ ਪਰਿਓ ਨਿਜ ਪਾਏ ਪਸਾਰੇ। ਉਹ ਸੱਚੀ ਮੁੱਚੀ ਇਸੇ ਤਰ੍ਹਾਂ ਹੋਇਆ ਜੀ। ਮਹਾਰਾਜ ਹਾਥੀ ਤੇ, ਦੋਵੇਂ ਰਾਜੇ ਘੋੜਿਆਂ ਤੇ ਫੌਜਾਂ ਸਾਰੀਆਂ ਨਾਲ, ਤੇ ਜਦੋਂ ਸੰਘਣੇ ਜੰਗਲ ਦੇ ਅੰਦਰ ਗਏ ਸੱਚੇ ਪਾਤਸ਼ਾਹ, ਤੇ ਸਾਰਿਆਂ ਨੇ ਕੀ ਵੇਖਿਆ ਵੀ ਸ਼ੇਰ ਖਾ ਪੀ ਕੇ ਆਰਾਮ ਨਾਲ ਸੁੱਤਾ ਹੋਇਆ ਸੀਗਾ ਜੀ, ਐ ਪੈਰ ਪਸਾਰ ਕੇ ਨਾ ਜੀ, ਤੇ ਸ਼ੇਰ ਸੁੱਤਾ ਹੋਇਆ ਸੀਗਾ ਜੀ। ਹਾਂਜੀ ਤ੍ਰਿਪਤਿਓ ਆਮਿਖ ਕੀਨ ਆਹਾਰੇ, ਐ ਮਾਸ ਖਾ ਕੇ ਰੱਜ ਕੇ ਸ਼ੇਰ ਸੁੱਤਾ ਹੋਇਆ ਸੀਗਾ ਜੀ। ਹਾਂਜੀ ਜਬ ਇਹ ਰੇਖਾ ਹੈ ਕੀ ਹੋਈ, ਤੇ ਜਦੋਂ ਘੋੜਿਆਂ ਦੇ ਪੌੜਾਂ ਦੀਆਂ ਆਵਾਜ਼ਾਂ ਆਸੇ ਪਾਸੇ ਗੂੰਜਣ ਲੱਗੀਆਂ, ਹਾਂਜੀ ਸੁਣਿਓ ਸ਼ਬਦ ਔਚਕ ਤਿੰਨ ਸੋਈ, ਤੇ ਸੁੱਤੇ ਸ਼ੇਰ ਨੇ ਆਵਾਜ਼ ਸੁਣੀ ਜੀ। ਗੱਜ ਕੇ ਆਖੋ ਵਾਹਿਗੁਰੂ।
ਤੇ ਤੁਸਾਂ ਇੱਕ ਕਹਾਵਤ ਬੜੀ ਵਾਰੀ ਸੁਣੀ ਹੋਏਗੀ ਵੀ ਸੁੱਤੇ ਸ਼ੇਰ ਨੂੰ ਤੰਗ ਨਹੀਂ ਕਰਨਾ ਚਾਹੀਦਾ ਜੀ। ਸੁੱਤਾ ਸ਼ੇਰ ਉੱਠ ਜੇ ਤੇ ਬੜਾ ਗੁੱਸਾ ਚੜ੍ਹਦਾ ਜੀ ਉਹਨੂੰ ਜੀ। ਹਾਂਜੀ, ਕਈ ਮੇਰੇ ਵਰਗੇ ਜਿਹਨਾਂ ਨੂੰ ਨੀਂਦ ਬੜੀ ਆਉਂਦੀ ਆ ਤੇ ਫਿਰ ਜਦੋਂ ਕੋਈ ਉਹਨਾਂ ਨੂੰ ਉਠਾਉਂਦਾ ਤੇ ਵੱਟ ਉਹਨਾਂ ਨੂੰ ਵੀ ਬੜਾ ਚੜ੍ਹਦਾ ਜੀ। ਹੈਂ, ਸਾਨੂੰ ਉਠਾ ਦਿੱਤਾ ਆ ਕੇ ਤੇ ਜੀ ਕਰੇ ਤੇ ਅਗਲੇ ਬੰਦੇ ਨੂੰ ਮਾਰਨ ਤੱਕ ਜਾਣ ਵੀ ਸਾਨੂੰ ਸੁੱਤਿਆਂ ਨੂੰ ਕਿਉਂ ਉਠਾਇਆ ਜੀ। ਉਹਨਾਂ ਦਾ ਸੁਭਾਅ ਵੀ ਜੰਗਲੀ ਸ਼ੇਰਾਂ ਵਾਲਾ ਹੀ ਹੁੰਦਾ ਜੀ। ਹਾਂਜੀ, ਹੁਣ ਧਿਆਨ ਨਾਲ ਸੁਣਿਓ ਜੀ। ਸ਼ੇਰ ਸੁੱਤਾ ਪਿਆ ਸੀਗਾ ਜੀ, ਜਦੋਂ ਉਹਨੇ ਆਵਾਜ਼ਾਂ ਸੁਣੀਆਂ ਤੇ ਸੁੱਤਾ ਸ਼ੇਰ ਜਾਗ ਗਿਆ ਜੀ ਫਿਰ ਜੀ। ਹਾਂਜੀ, ਤਿਆਗ ਨੀਂਦ ਬਲ ਤੇ ਗੁਰਨ ਆਇਓ। ਉਹ ਨੀਂਦ ਛੱਡ ਕੇ ਬੜੇ ਬਲ ਦੇ ਨਾਲ ਗਰਜਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਜਦੋਂ ਬਹੁਤਾ ਬੰਦਾ ਰੱਜਦਾ ਫਿਰ ਬਹੁਤੀ ਨੀਂਦ ਆਉਂਦੀ ਹੈ ਜੀ। ਹਾਂਜੀ, ਜਦੋਂ ਰੱਜਣਾ ਬੜਾ ਤੇ ਨੀਂਦ ਜ਼ਿਆਦਾ ਆਉਣੀ ਜੀ, ਤੇ ਸ਼ੇਰ ਜੀ ਹੋਣੀ ਰੱਜੇ ਬੜਾ ਸੀਗੇ ਜੀ। ਆ ਨੀਂਦ ਆਈ ਖੁੱਲੀ ਜੀ ਤੇ ਉਹ ਡਿਸਟਰਬ ਕਰਤਾ ਜੀ ਸ਼ੇਰ ਨੂੰ ਉਹਨਾਂ ਨੇ। ਹਾਂਜੀ, ਸ਼ੇਰ ਬੜੇ ਗੁੱਸੇ 'ਚ ਆਇਆ ਜੀ, ਇਕਦਮ ਉੱਠ ਕੇ ਬੜੀ ਉੱਚੀ ਗਰਜਿਆ ਜੀ ਉਹ। ਹਾਂਜੀ, ਖਰੋ ਹੋਏ ਬੈਠਿਓ ਦ੍ਰਿਗ ਲਾਇਓ ਤੇ ਗੱਜ ਕੇ ਆਖੋ ਵਾਹਿਗੁਰੂ। ਜਦੋਂ ਉੱਚੀ ਗਰਜਿਆ ਤੇ ਜਿਹੜੇ ਘੋੜਿਆਂ ਤੇ ਨਾ, ਘੋੜਿਆਂ ਤੇ ਰਾਜੇ ਤੇ ਫੌਜਾਂ, ਉਹਨਾਂ ਘੋੜਿਆਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਜੀ ਸਾਰਿਆਂ ਦੀਆਂ ਜੀ। ਉਹਦਾ ਵੀ ਕਾਰਨ ਸੁਣੋ, ਜੋ ਮਰਜ਼ੀ ਆ, ਘੋੜੇ ਵੀ ਸ਼ੇਰ ਤੋਂ ਡਰਦੇ ਹੁੰਦੇ ਨੇ ਜੀ। ਸ਼ੇਰ ਸ਼ੇਰ ਹੀ ਹੈ ਜੀ, ਜੰਗਲ ਦਾ ਰਾਜਾ ਜੀ ਹੋਇਆ ਜੀ ਉਹ। ਹਾਂਜੀ, ਬੋਲਿਓ ਸੁਣਿਓ ਜਾਣ ਤਿੰਨ ਲੀਨੋ, ਹਾਂਜੀ ਸਾਡੇ ਭਏ ਬਿਲੋਕਨ ਕੀਨੋ। ਤੇ ਐ ਉਹ ਨਾ ਜੀ, ਮਾਨੋ ਅੱਖਾਂ ਲਾਲ ਸਨ ਉਹਦੀਆਂ ਤੇ ਗਰਜ ਗਰਜ ਕੇ ਆਖ ਰਿਹਾ ਹੋਏ ਵੀ ਮੈਨੂੰ ਉਠਾਇਆ ਕਿਉਂ ਜੀ ਤੁਸੀਂ ਜੀ। ਮਹਾਰਾਜ ਕਲਗੀਧਰ ਹਾਥੀ ਤੇ ਬੈਠੇ ਸਾਰਾ ਵੇਖ ਰਹੇ ਸ਼ੇਰ ਨੂੰ ਜੀ, ਟਿਕ ਟਿਕੀ ਲਾ ਕੇ ਸ਼ੇਰ ਨੂੰ ਵੇਖ ਰਹੇ ਤੇ ਰਾਜੇ ਵੀ ਡਰੇ ਪਏ ਜੀ ਅੰਦਰੋਂ ਜੀ। ਹਾਂਜੀ, ਦਾਰੁਣ ਪੰਚਾਨਨ ਕੋ ਆਨਨ, ਹਾਂਜੀ ਜਿਸ ਸਮਾਨ ਕੋ ਨਾਹਿਨ ਆਨਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸ਼ੇਰ ਦਾ ਮੂੰਹ ਬੜਾ ਭਿਆਨਕ ਸੀਗਾ, ਬੜਾ ਭਿਆਨਕ ਮੂੰਹ ਸੀਗਾ। ਤੇ ਸਾਧ ਸੰਗਤ ਜੀ ਬੇਨਤੀ ਹੈ, ਚਿਹਰੇ ਤੇ ਸਭ ਦੇ ਬੜੇ ਚੰਗੇ ਹੁੰਦੇ, ਜਦੋਂ ਗੁੱਸਾ ਚੜੇ ਤੇ ਚੰਗੇ ਚਿਹਰੇ ਵੀ ਭਿਆਨਕ ਲੱਗਣ ਲੱਗ ਪੈਂਦੇ ਜੀ। ਮੈਂ ਬੰਦਿਆਂ ਦੀ ਗੱਲ ਕਰਦਾ, ਗੱਜ ਕੇ ਆਖੋ। ਗੁੱਸਾ ਚੜਦੇ ਨਾ ਜੀ ਤੇ ਬੜੇ ਬੜੇ ਚੰਗੇ ਬੰਦਿਆਂ ਦੇ ਚਿਹਰੇ ਵੀ ਭਿਆਨਕ ਹੋ ਜਾਂਦੇ ਜੀ, ਭਿਆਨਕ ਹੋ ਜਾਂਦੇ ਜੀ, ਡਰ ਆਉਣ ਲੱਗ ਪੈਂਦਾ ਵੀ ਇਹ ਉਹ ਹੀ ਬੰਦਾ ਜੀ। ਤੇ ਜੇ ਖੁਸ਼ ਹੋਵੇ ਤੇ ਖੁਸ਼ ਵਾਲਾ ਚਿਹਰਾ ਚੰਗਾ ਲੱਗਦਾ ਜੀ। ਤੇ ਸ਼ੇਰ ਦਾ ਤੇ ਅੱਗੇ ਬੜਾ ਭਿਆਨਕ ਹੁੰਦਾ ਜੀ, ਤੇ ਉੱਤੋਂ ਚੜ ਗਿਆ ਗੁੱਸਾ। ਸ਼ੇਰ ਨੇ ਬੜਾ ਭਿਆਨਕ ਮੂੰਹ ਬਣਾਇਆ, ਅੱਖਾਂ ਲਾਲ ਕੀਤੀਆਂ, ਕਲਗੀਧਰ ਸ਼ੇਰ ਵੱਲ ਵੇਖ ਰਹੇ ਨੇ। ਹਾਂਜੀ, ਕਾਨਣ ਸ਼ਬਦ ਸੁਣਿਓ ਤਹਿ ਜਬੈ, ਕਿਨਹੂ ਕਿਨਹੂ ਦ੍ਰਿਗ ਦੇਖਿਓ ਤਬੈ। ਤੇ ਗੁਰਮੁਖੋ, ਉਹ ਸਾਹਮਣੇ ਰਾਜੇ ਖਲੋਤੇ, ਫੌਜਾਂ ਖਲੋਤੀਆਂ, ਦੂਰੀ ਬਣਾ ਕੇ ਸਾਰੇ, ਸ਼ੇਰ ਭੈੜੀਆਂ ਭੈੜੀਆਂ ਲਾਲ ਅੱਖਾਂ ਕੱਢ ਕੱਢ ਉਹਨਾਂ ਵੱਲ ਵੇਖੇ ਜੀ। ਗੱਜ ਕੇ ਆਖੋ, ਉਹ ਬੰਦਾ ਵੀ ਗੁੱਸੇ 'ਚ ਆਵੇ ਤੇ ਭੈੜੀ ਜੀ ਨਿਗਾਹ ਨਾਲ ਵੇਖਦਾ ਜੀ। ਹਾਂਜੀ, ਲਾਲ ਲਾਲ ਅੱਖਾਂ ਦੇ ਬੰਦਾ ਵੀ ਬਣਾ ਲੈਂਦਾ ਜੀ ਗੁੱਸੇ 'ਚ ਆ ਕੇ ਜੀ। ਸ਼ੇਰ ਭੈੜੀਆਂ ਦੀਆਂ ਅੱਖਾਂ ਕੱਢ ਕੱਢ ਲਾਲ ਲਾਲ ਤੇ ਵੇਖੇ ਜੀ ਬੰਦਿਆਂ ਵੱਲ ਜੀ। ਹਾਂਜੀ, ਨਖ ਪਾਇਣ ਤੇ ਅੰਕੁਸ਼ ਮਨੋ, ਹਾਂਜੀ ਦਾੜਨ ਤੇ ਦਾਰੁਣ ਮੁਖ ਘਨੋ। ਤੇ ਨੌ ਬੜੇ ਬੜੇ ਵੱਡੇ ਉਹਦੇ ਜੀ, ਬੜਾ ਵੱਡਾ ਉਹਦਾ ਮੁਖ ਤੇ ਆਸੇ ਪਾਸੇ ਵਾਲ ਆਏ ਜੀ। ਹਾਂਜੀ, ਸਟਾ ਕੰਠ ਪਰ ਦੀਰਗ ਦੀਗੇ, ਲਾਲ ਬਿਲੋਚਨ ਸਰੋਣ ਸਰੀ, ਅੱਖਾਂ ਗੁੱਸੇ ਵਿੱਚ ਆ ਕੇ ਸ਼ੇਰ ਨੇ ਲਾਲ ਕਰ ਲਈਆਂ ਲਹੂ ਵਰਗੀਆਂ ਜੀ। ਹਾਂਜੀ, ਲਾਂਗੁਲ ਸਹਿਤ ਲਾਂਬ ਲਾਂਬੇ ਵੇਲਾ, ਪੂਛ ਬੜੀ ਲੰਮੀ ਜੀ ਸ਼ੇਰ ਦੀ, ਸ਼ੇਰ ਦੀ ਪੂਛ ਬੜੀ ਲੰਮੀ, ਪੂਛ ਲਾਵੇ ਗੁੱਸੇ ਵਿੱਚ ਆ ਕੇ। ਹਾਂਜੀ, ਦੀਰਗ ਦਸਨ ਸੁ ਦੇਖਣ ਦੁਹੇਲਾ, ਤੇ ਵੱਡੇ ਭਿਆਨਕ ਦੰਦ ਕੱਢਦਾ ਜੀ ਉਹ, ਜਦੋਂ ਗਰਜਦਾ ਦੰਦ ਤੇ ਵੇਖਦੇ ਹੀ ਨੇ ਜੀ ਸਾਰੇ ਭੈ ਵਿੱਚ ਆਏ ਹੋਏ ਹੋਏ ਜੀ। ਹਾਂਜੀ, ਛਾਤੀ ਗਰੀਬ ਉਧਰ ਹੈ ਸਵੇਤਾ, ਗੱਜ ਕੇ ਆਖੋ ਵਾਹਿਗੁਰੂ। ਛਾਤੀ ਤੇ ਪੇਟ ਚਿੱਟੇ ਰੰਗ ਦਾ ਜੀ ਉਹਦਾ ਜੀ, ਛਾਤੀ ਪੇਟ ਲੱਕ ਚਿੱਟੇ ਰੰਗ ਦਾ ਜੀ ਉਹਦਾ ਜੀ। ਹਾਂਜੀ, ਕਦ ਵਿਸਾਲ ਬਲ ਅਧਿਕ ਨਿਕੇਤਾ, ਕਦ ਵਿਸਾਲ ਬਦ ਅਧਿਕ ਨਿਕੇਤਾ, ਤੇ ਸ਼ੇਰ ਦਾ ਕੱਦ ਬੜਾ ਉੱਚਾ ਜੀ, ਗੱਜ ਕੇ ਆਖੋ। ਹਾਂਜੀ, ਸ਼ੇਰ ਬੜੇ ਬੜੇ ਖੂੰਖਾਰ ਹੁੰਦੇ ਤੇ ਭਿਆਨਕ ਹੁੰਦੇ ਨੇ, ਆ ਤੁਸੀਂ ਚੈਨਲਾਂ ਤੇ ਵੇਖ ਸਕਦੇ ਹੋ। ਹਾਂਜੀ, ਬੜੇ ਬੜੇ ਭਿਆਨਕ ਹੁੰਦੇ ਤੇ ਉੱਚੇ ਕੱਦ ਬੜਾ ਸੀਗਾ ਜੀ ਸ਼ੇਰ ਦਾ ਜੀ, ਬੜਾ ਉੱਚਾ ਕੱਦ ਜੀ ਉਹਦਾ ਜੀ।
ਹਾਂਜੀ ਚੌੜੇ ਚਰਨ ਪੀਨ ਅਰਦੀਹਾ ਚੌੜੇ ਪੈਰ ਸੀਗੇ ਉਹਦੇ ਤੇ ਮੋਟੇ ਪੈਰ ਸਨ ਜੀ ਉਹਦੇ ਜੀ ਹਾਂਜੀ ਪੀਤ ਸੁਵਰਨ ਸ਼ਿਆਮ ਗਣ ਲੀਹਾ ਤੇ ਪੀਲੇ ਰੰਗ ਦੇ ਪੈਰ ਤੇ ਵਿੱਚ ਕਾਲੇ ਰੰਗ ਦੀਆਂ ਭਾਈ ਸਾਹਿਬ ਕਹਿੰਦੇ ਲੀਕਾਂ ਵਗੀਆਂ ਹੋਈਆਂ ਸਨ ਹਾਂਜੀ ਸੁਪਨੇ ਮੈਂ ਪੀ ਜਾਨ ਨਾ ਤਰਾਸਾ ਜਿਹੜਾ ਇਹੋ ਜੇ ਸ਼ੇਰ ਨੂੰ ਸੁਪਨੇ ਚ ਵੇਖ ਲੈਂਦਾ ਉਹ ਵੀ ਡਰ ਜਾਏਗਾ ਕਹਿਣ ਲੱਗੇ ਗੱਜ ਕੇ ਆਖੋ ਸ਼ੇਰ ਸ਼ੇਰ ਹੀ ਮੈਂ ਅੱਗੇ ਬੇਨਤੀ ਕੀਤੀ ਫੌਜਾਂ ਦੇ ਕੁੱਤਿਆਂ ਤੋਂ ਵੀ ਡਰ ਜਾਂਦੀਆਂ ਜੀ ਹਾਂਜੀ ਇਹੋ ਜਿਹੇ ਵੀ ਆ ਗਏ ਜੀ ਕੁੱਤਾ ਬੜਾ ਭਿਆਨਕ ਹੋਵੇ ਹਾਂਜੀ ਆ ਇੱਕ ਇੱਥੇ ਬੜਾ ਉੱਚਾ ਲੰਬਾ ਬੰਦਾ ਜੀ ਅਤੇ ਉਹਦਾ ਕੁੱਤਾ ਵੀ ਸ਼ੇਰ ਵਰਗਾ ਜੀ ਹਾਂਜੀ ਅਤੇ ਸੰਗਲੀ ਪਾ ਕੇ ਬੜੀ ਟੋਹਰੀਆਂ ਬਾਜ਼ਾਰਾਂ 'ਚ ਲਈ ਫਿਰਦਾ ਹੁੰਦਾ ਅਤੇ ਲੋਕਾਂ ਦੀ ਜਾਮ ਤੰਗ ਆਈ ਹੁੰਦੀ ਹੈ ਜੀ ਉਹ ਲੋਕ ਵਿਚਾਰੇ ਤੰਗ ਹੁੰਦੇ ਹੁੰਦੇ ਜੀ ਤੁਸੀਂ ਵੇਖਿਆ ਹੋਏਗਾ ਜੀ ਉਹ ਜੀ ਹਾਂ ਲੋਕ ਤੰਗ ਹੁੰਦੇ ਹੁੰਦੇ ਜੀ ਅਤੇ ਸ਼ੇਰ ਸ਼ੇਰ ਨੂੰ ਵੇਖ ਕੇ ਤਾਂ ਪ੍ਰਾਣ ਖੁਸ਼ਕਾਉਣ ਵਾਲੀ ਗੱਲ ਹੈ ਜੀ ਇਹੋ ਜੇ ਸ਼ੇਰ ਨੂੰ ਅਤੇ ਜਿਹੜਾ ਸੁਪਨੇ 'ਚ ਵੇਖ ਲੈ ਨਾ ਉਹਦੇ ਅੰਦਰ ਵੀ ਭੈ ਬਣ ਜਾਂਦਾ ਜੀ ਹਾਂਜੀ ਸਭ ਚਾਹਤ ਹੈ ਪਿਖਣ ਤਮਾਸ਼ਾ ਅਤੇ ਹੁਣ ਸਾਹਮਣੇ ਲਾਈਵ ਵੇਖ ਰਹੇ ਹੈਗੇ ਜੀ ਸਾਰੇ ਬੜੇ ਹੈਰਾਨ ਹੋਏ ਜੀ ਵੇਖ ਵੇਖ ਕੇ ਹਾਂਜੀ ਦੋਹਰਾ ਸ੍ਰੀ ਕਲਗੀ ਧਰ ਦੇਖ ਕੇ ਉੱਚੇ ਕਹਿਓ ਪੁਕਾਰ ਰੱਜ ਕੇ ਆਖੋ ਮਹਾਰਾਜ ਹਾਥੀ ਤੇ ਬੈਠੇ ਮਹਾਰਾਜ ਪਤਾ ਕੀ ਵੇਖਦੇ ਰਾਜਿਆਂ ਨੇ ਫੌਜਾਂ ਨੂੰ ਇਸ਼ਾਰਾ ਕੀਤਾ ਵੀ ਬੰਦੂਕਾਂ ਮਾਰੋ ਇਹਨੂੰ ਜੀ ਉਹ ਏਡੀ ਕੀ ਬਹਾਦਰੀ ਸੀ ਵਿਚਾਰਿਆਂ 'ਚ ਜੀ ਹਾਂਜੀ ਦੂਰੋਂ ਮਾਰਨ ਵਾਲੇ ਹੈਗੇ ਮਹਾਰਾਜ ਹਾਥੀ ਤੇ ਸੱਜੇ ਮਹਾਰਾਜ ਨੇ ਉੱਚੀ ਪੁਕਾਰ ਕੇ ਗੱਲ ਆਖੀ ਜੀ ਹਾਂਜੀ ਛੋਰੋ ਨਹੀਂ ਤੁਫੰਗ ਕੋ ਟਿਕੇ ਰਹੋ ਬਨ ਲਾਰ ਮਹਾਰਾਜ ਕਹਿਣ ਲੱਗੇ ਨਾ ਕੋਈ ਵੀ ਬੰਦੂਕ ਨਹੀਂ ਛੱਡੇ ਗੋਲੀ ਨਹੀਂ ਚਲਾਏਗਾ ਕਹਿਣ ਲੱਗੇ ਗੋਲੀ ਨਹੀਂ ਚਲਾਉਣੀ ਸ਼ੇਰ ਤੇ ਕਹਿਣ ਲੱਗੇ ਹਾਂਜੀ ਦੋਨੋ ਨਿਰਪ ਜੁੱਤ ਸੈਨਾ ਸਾਰੀ ਹੇਤ ਬੰਗਾਰਨ ਗਿਰਾ ਉਚਾਰੀ ਦੋਵੇਂ ਰਾਜਿਆਂ ਨੂੰ ਤੇ ਰਾਜਿਆਂ ਦੀ ਸੈਨਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਵੰਗਾਰ ਕੇ ਆਖਿਆ ਜੀ ਵੰਗਾਰ ਕੇ ਹਾਂਜੀ ਏਕ ਸੁਪਾਟਲੇ ਖੜਗ ਸੁਟਾਲ ਮਹਾਰਾਜ ਕਹਿਣ ਲੱਗੇ ਦੋਵੇਂ ਰਾਜੇ ਤੇ ਫੌਜਾਂ ਕਿਸੇ ਵਿੱਚ ਵੀ ਤਾਕਤ ਹੈ ਸ਼ੇਰ ਨੂੰ ਗੋਲੀ ਨਹੀਂ ਮਾਰਨੀ ਹੱਥ 'ਚ ਫੜੋ ਖੜਗ ਇੱਕ ਹੱਥ 'ਚ ਫੜੋ ਢਾਲ ਤੇ ਸ਼ੇਰ ਦੇ ਸਾਹਮਣੇ ਜਾਓ ਕਹਿਣ ਲੱਗੇ ਗੱਜ ਕੇ ਆਖੋ ਬੜਾ ਔਖਾ ਕੰਮ ਹੈ ਜੀ ਬੜਾ ਔਖਾ ਹੈ ਜੀ ਹਾਂਜੀ ਮਹਾਰਾਜ ਕਹਿੰਦੇ ਗੋਲੀ ਨਹੀਂ ਮਾਰਨੀ ਸ਼ੇਰ ਨੂੰ ਹਾਂਜੀ ਲਲਕਾਰ ਹੈ ਸਭ ਆ ਗਿਆ ਚਾਲ ਮਹਾਰਾਜ ਕਹਿੰਦੇ ਉਹਦੇ ਸਾਹਮਣੇ ਜਾਓ ਤੇ ਸ਼ੇਰ ਨੂੰ ਲਲਕਾਰੋ ਸ਼ੇਰ ਨੂੰ ਲਲਕਾਰੋ ਹਾਂਜੀ ਸ਼ਾਰ ਸਹਾਰ ਵਾਰ ਕਰ ਵਾਰ ਹਾਂਜੀ ਕਰਹਿ ਜੁੱਧ ਲੈ ਕੇਹਰ ਮਾਰ ਮਹਾਰਾਜ ਕਹਿਣ ਲੱਗੇ ਸ਼ੇਰ ਨੂੰ ਲਲਕਾਰੋਗੇ ਤੇ ਸ਼ੇਰ ਨੂੰ ਜਦੋਂ ਲਲਕਾਰੋ ਤੇ ਸ਼ੇਰ ਬੰਦੇ ਵੱਲ ਛਾਲ ਮਾਰਦਾ ਜੀ ਫਿਰ ਜੀ ਮਹਾਰਾਜ ਕਹਿਣ ਲੱਗੇ ਯੋਧਾ ਉਹ ਹੈ ਜਿਹੜਾ ਪਹਿਲਾਂ ਸ਼ੇਰ ਦਾ ਬਲ ਸਾਂਭੇ ਕਹਿਣ ਲੱਗੇ ਐਟਾਂ ਟਾਲ ਨਾਲ ਨਾ ਸ਼ੇਰ ਦਾ ਬਲ ਸਾਂਭੇ ਕਹਿਣ ਲੱਗੇ ਫਿਰ ਉਹਦੇ ਨਾਲ ਯੁੱਧ ਕਰਕੇ ਸ਼ੇਰ ਨੂੰ ਮਾਰੇ ਬੰਦਿਆਂ ਨਾਲ ਲੜਨਾ ਬੜਾ ਔਖਾ ਯੁੱਧ ਕਰਨਾ ਤੇ ਸ਼ੇਰ ਨਾਲ ਤੇ ਹੋਰ ਔਖਾ ਹੈਗਾ ਜੀ ਹਾਂਜੀ ਮੁੱਖ ਮੰਗੇ ਹਮ ਬਖਸ਼ ਹੈ ਤਾਹੀ ਮਹਾਰਾਜ ਕਹਿਣ ਲੱਗੇ ਜਿਹੜਾ ਇਸ ਤਰ੍ਹਾਂ ਦਾ ਕਾਰਜ ਕਰੇਗਾ ਉਹ ਜੋ ਮੁੱਖੋਂ ਮੰਗੇਗਾ ਅਸੀਂ ਉਹਨੂੰ ਇਨਾਮ ਦੇਵਾਂਗੇ ਜੀ ਆਹ ਪਿੱਛੇ ਜੇ ਚਿੜੀਆ ਘਰ ਦਾ ਆਉਂਦਿਆ ਸੀਗਾ ਜੀ ਸ਼ੇਰ ਥੱਲੇ ਉੱਤੋਂ ਵੇਖਣ ਦੇ ਜੀ ਉਹ ਇੱਕ ਬੰਦਾ ਥੱਲੇ ਡਿੱਗ ਗਿਆ ਜੀ ਕਿਤੇ ਮਾਰ ਸੁੱਟਿਆ ਜੀ ਸ਼ੇਰ ਨੇ ਪਾੜ ਦਿੱਤਾ ਜੀ ਉਹ ਬੰਦਾ ਜੀ ਸ਼ੇਰ ਸ਼ੇਰ ਹੀ ਹੈ ਜੀ ਹਾਂਜੀ ਨਿਕਸੈ ਧੀਰ ਧਾਰ ਉਰ ਮਾਹੀ ਮਹਾਰਾਜ ਕਹਿੰਦੇ ਕੋਈ ਹੈਗਾ ਹੌਂਸਲੇ ਵਾਲਾ ਤੇ ਆਓ ਬਾਹਰ ਭਾਈ ਕਰੋ ਮੁਕਾਬਲਾ ਸ਼ੇਰ ਨਾਲ ਹਾਂਜੀ ਸੁਣ ਕਰ ਫਤਿਹ ਸ਼ਾਹ ਬਚ ਬੋਲੇ ਗੱਜ ਕੇ ਆਖੋ ਵਾਹਿਗੁਰੂ ਫਤਿਹ ਸ਼ਾਹ ਦਾ ਦਿਲ ਤਾਂ ਐਂ ਹੁੰਦਾ ਸੀਗਾ ਜੀ ਵੀ ਹੁਣ ਮੇਰਾ ਕੀ ਬਣੇਗਾ ਸਾਡੀ ਤੇ ਹੋਏਗੀ ਬੇਇੱਜ਼ਤੀ ਫਤਿਹ ਸ਼ਾਹ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਦਾ ਜੀ ਉਹ ਸ਼੍ਰੀਨਗਰ ਦਾ ਰਾਜਾ ਜਿਹੜਾ ਹਾਂਜੀ ਪ੍ਰਭੂ ਜੀ ਕੇਹਰ ਓਜ ਅਤੋਲਾ ਮਹਾਰਾਜ ਸ਼ੇਰ ਬੜਾ ਭਿਆਨਕ ਹੈ ਸ਼ੇਰ ਦੀ ਤਾਕਤ ਬੜੀ ਬੜੇ ਬਲ ਵਾਲਾ ਸ਼ੇਰ ਹੈ ਹਾਂਜੀ ਕੋ ਨਰ ਅਸ ਇਸ ਕੋ ਬਲ ਝਾਲੈ ਮਹਾਰਾਜ ਪਹਿਲੀ ਗੱਲ ਇਹਨੂੰ ਲਲਕਾਰਨਾ ਨੀ ਕਿਸੇ ਨੇ ਜਾ ਕੇ ਜੀ ਮੌਤ ਨੂੰ ਆਵਾਜ਼ ਮਾਰਨ ਵਾਲੀ ਗੱਲ ਦੂਜੀ ਗੱਲ ਜਦੋਂ ਇਹਨੇ ਮਾਰਨੀ ਛਾਲ ਤੇ ਸ਼ੇਰ ਦੇ ਕਈ ਕੁਆਂਟਲਾਂ ਭਾਰ ਹੁੰਦਾ ਜੀ ਇਹਦਾ ਜੀ ਮਹਾਰਾਜ ਇਹਦਾ ਭਾਰ ਕੌਣ ਸਹੇਗਾ ਹਾਂਜੀ ਹੋਏ ਸਾਵਧਾਨ ਵਾਰ ਪੁਨਕਾਲੈ ਤੇ ਫਿਰ ਪਹਿਲੀ ਗੱਲ ਸ਼ੇਰ ਦਾ ਭਾਰ ਹੀ ਨਹੀਂ ਚੱਲਿਆ ਜਾਣਾ
ਤੇ ਉੱਤੋਂ ਵਾਪਸ ਵਾਰ ਕਰਕੇ ਸ਼ੇਰ ਮਾਰਨਾ, ਮਹਾਰਾਜ ਇਹਨਾਂ ਬੰਦਿਆਂ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ, ਵੱਸ ਇਹਦੇ ਵੀ ਨਹੀਂ ਹੈਗੀ ਜੀ। ਹਾਂਜੀ, ਚਰਨਕਾਲ ਕੋ ਇਹਤੇ ਉੱਤ ਫਿਰੈ, ਰੱਜ ਕੇ ਆਖੋ ਵਾਹਿਗੁਰੂ। ਮਹਾਰਾਜ ਇਹ ਸ਼ੇਰ ਅੱਜ ਦਾ ਬੜੇ ਲੰਮੇ ਸਮੇਂ ਦਾ ਇੱਥੇ ਫਿਰਦਾ ਇਸ ਇਲਾਕੇ ਵਿੱਚ। ਹਾਂਜੀ, ਨਹਿ ਕੋ ਧਰ ਧਰ ਆ ਗਿਆ ਇੱਕ ਧਰ ਹੈ। ਅੱਜ ਤੱਕ ਕਿਸੇ ਵੀ ਮਨੁੱਖ ਨੇ ਇੰਨੀ ਹਿੰਮਤ ਨਹੀਂ ਕੀਤੀ ਵੀ ਇਸ ਸ਼ੇਰ ਨੂੰ ਲਲਕਾਰੇ ਜਾ ਕੇ। ਹਾਂਜੀ, ਸੈਲਨ ਦੇਸ਼ ਵਿਖੇ ਬਖਿਆਤ, ਹਾਂਜੀ, ਕਿਸ ਹੂੰ ਕਿਸ ਹੂੰ ਨਹਿ ਕੀਨੋ ਇਹ ਘਾਤ, ਤੇ ਸਾਰੇ ਪਹਾੜੀ ਦੇਸ਼ਾਂ ਦੇ ਵਿੱਚ ਇਹ ਗੱਲ ਪ੍ਰਸਿੱਧ ਹੈ, ਆ ਜਿਹੜਾ ਚਿੱਟਾ ਸ਼ੇਰ ਹੈ ਵੇਖਿਆ ਤੇ ਲੋਕਾਂ ਬੜੀ ਹਰੀ, ਪਰ ਲਾਗੇ ਨਹੀਂ ਇਹਦੇ ਕੋਈ ਜਾਂਦਾ। ਕੋ ਹੈ ਸਮਰਾਵਰ ਕੋ ਕਹੋ, ਹਾਂਜੀ, ਤਰੁਣ ਵੈਸ ਬਲ ਸਮਰੱਥ ਅਹੋ, ਰੱਜ ਕੇ ਆਖੋ ਵਾਹਿਗੁਰੂ। ਦੱਸੋ ਮਹਾਰਾਜ ਤੁਹਾਡੇ ਅਰਗਾ ਹੋਰ ਕੌਣ ਸਮਰੱਥ ਹੈਗਾ? ਫਤਿਹ ਸ਼ਾਹ ਕਹਿ ਰਿਹਾ ਘੋੜੇ ਤੇ ਬੈਠਾ ਮਾਰਨਾ, ਮਹਾਰਾਜ ਹਾਥੀ ਤੇ ਗੱਲਾਂ ਕਰ ਰਿਹਾ, ਇਸ ਤਰ੍ਹਾਂ ਬਚਨ ਕਰ ਰਿਹਾ। ਮਹਾਰਾਜ ਤੁਹਾਡੀ ਜਵਾਨੀ ਦੀ ਉਮਰ ਹੈ, ਤੁਹਾਡੇ ਵਰਗਾ ਸਮਰੱਥ ਹੋਰ ਕੋਈ ਨਹੀਂ ਹੈਗਾ। ਹਾਂਜੀ, ਨਾਹਿਤ ਚਲਣਾ ਦੇਹੋ ਤੁਫੰਗ, ਹਾਂਜੀ, ਗੋਲਕਾਂ ਬ੍ਰਿੰਦ ਲੱਗਿਆ ਇੱਕ ਸੰਗ, ਸੱਚੇ ਪਾਤਸ਼ਾਹ ਹੁਕਮ ਕਰੋ, ਗੋਲੀਆਂ ਮਾਰੀਏ, ਇੱਕਦਮ ਗੋਲੀਆਂ ਚਲਾਵਾਂਗੇ, ਆਪੇ ਡਿੱਗ ਜਾਏਗਾ, ਸਮਝ ਲਾਂਗੇ ਮਰ ਗਿਆ। ਹਾਂਜੀ, ਜੇ ਹੱਥ ਹੋਏ ਪਰੈ ਤਨ ਭੂਪਰ, ਨਾ ਤਾਂ ਪਹੁੰਚਿਓ ਜਾਨੋ ਕਿਸੇ ਉੱਪਰ। ਮਹਾਰਾਜ ਵੈਸੇ ਤੇ ਗੋਲੀਆਂ ਖਾ ਕੇ ਵੀ ਇਹਨੇ ਸਾਡੇ ਕਈ ਬੰਦੇ ਮਾਰਨੇ ਨੇ, ਗੱਜ ਕੇ ਆਖੋ, ਗੋਲੀਆਂ ਖਾ ਕੇ ਵੀ ਇਹਨੇ ਕਈ ਸਾਡੇ ਬੰਦੇ ਮਾਰ ਦੇਣੇ, ਸਾਨੂੰ ਪਤਾ ਇਹਦਾ, ਕਹਿਣ ਲੱਗੇ। ਹਾਂਜੀ, ਮਿਲਿਓ ਬੀਚ ਤਬ ਮੁਸ਼ਕਲ ਮਾਰਨ, ਹਾਂਜੀ, ਕਰਹਿ ਪਖਾਰ ਅਨਿਕ ਕਰਵਾਵਨ, ਸੱਚੇ ਪਾਤਸ਼ਾਹ ਛੇਤੀ ਛੇਤੀ ਹੁਕਮ ਕਰੋ, ਗੋਲੀਆਂ ਮਾਰ ਕੇ ਸ਼ੇਰ ਮਾਰ ਦਈਏ ਮਹਾਰਾਜ, ਗੋਲੀਆਂ ਚਲਵਾਈਏ ਤੇ ਸ਼ੇਰ ਮਰਵਾ ਦਈਏ। ਹਾਂਜੀ, ਤਬ ਕਲਗੀ ਧਰ ਦੇਖੇ ਸਬੈ, ਹਾਂਜੀ, ਨਿਕ ਸਿਉ ਨਹਿ ਕੋ ਜੋ ਦਾਸ ਜਬੈ। ਹੁਣ ਥੋੜੇ ਜੇ ਸਾਵਧਾਨ ਹੋਵੋ ਜੀ ਸਾਰੇ ਜੀ, ਐ ਸਾਵਧਾਨ ਹੋਵੋ ਚੰਗੀ ਤਰ੍ਹਾਂ, ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਮਹਾਰਾਜ ਨੇ ਵੇਖਿਆ ਵੀ ਗੱਲਾਂ ਚੋਕੇ ਹੀ ਨੇ, ਅੱਗੇ ਤੇ ਆਇਆ ਹੀ ਕੋਈ ਨਹੀਂ ਜੀ। ਹਾਂਜੀ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਵੇਖਿਆ ਕੋਈ ਸੂਰਮਾ ਨੀ ਅੱਗੇ ਆਇਆ। ਹਾਂਜੀ, ਨਿਜ ਹਾਥੀ ਕੋ ਕਹਿ ਬਿਠਵਾਏ, ਮਹਾਰਾਜ ਨੇ ਹਾਥੀ ਨੂੰ ਇਸ਼ਾਰਾ ਕੀਤਾ, ਕਲਗੀਧਰ ਨੇ ਹਾਥੀ ਨੂੰ ਇਸ਼ਾਰਾ ਕੀਤਾ, ਹਾਥੀ ਥੱਲੇ ਝੁੱਕ ਗਿਆ ਜੀ, ਹਾਥੀ ਬਹਿ ਗਿਆ। ਹਾਂਜੀ, ਚਾਹੋ ਆਪਣੋ ਬਲ ਦਿਖਰਾਏ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਮਹਾਰਾਜ ਆਪ ਸ਼ੇਰ ਨੂੰ ਮਾਰਨ ਜਾਣਗੇ ਜੀ। ਹਾਂਜੀ, ਹੁੰਦੇ ਹੁੰਦੇ ਵਿਖੇ ਧਰਿਓ ਧਨ ਭਾਥਾ, ਹਾਂਜੀ, ਖੜਗ ਸਿਪਰ ਗਿਆ ਲੀਨ ਸਹਾਥਾ। ਭਾਰੀ ਜਿਹੜਾ ਧਨੁਸ਼ ਸੀ ਨਾ ਮਹਾਰਾਜ ਦਾ, ਉਹ ਤੇ ਤੀਰਾਂ ਦਾ ਭੱਥਾ ਉਤਾਰ ਕੇ ਇੱਕ ਪਾਸੇ ਰੱਖਤਾ, ਇੱਕ ਹੱਥ ਵਿੱਚ ਮੇਰੇ ਕਲਗੀਧਰ ਸਤਿਗੁਰੂ ਨੇ ਢਾਲ ਫੜ ਲਈ ਤੇ ਇੱਕ ਹੱਥ ਵਿੱਚ ਖੜਗ ਫੜ ਲਈ ਜੀ। ਅੱਛਾ, ਤਲਵਾਰ ਤੇ ਖੜਗ 'ਚ ਫਰਕ ਹੁੰਦਾ ਜੀ? ਹਾਂਜੀ, ਖੜਗ ਜਿਹੜਾ ਉਹਦਾ ਫਲ ਚੌੜਾ ਹੁੰਦਾ ਜੀ ਬੜਾ ਜੀ। ਹਾਂਜੀ, ਮਹਾਰਾਜ ਨੇ ਖੜਗ ਫੜ ਲਈ ਇੱਕ ਹੱਥ ਵਿੱਚ ਦੀ। ਹਾਂਜੀ, ਨੰਦ ਚੰਦ ਆਦਿਕ ਪੰਜ ਭਰਾਤਾ, ਨੰਦ ਚੰਦ ਜੀ ਮਹਾਰਾਜ ਦੇ ਦੀਵਾਨ ਤੇ ਮਹਾਰਾਜ ਦੇ ਪੰਜ ਭਰਾ ਬੀਬੀ ਵੀਰੋ ਜੀ ਦੇ ਪੰਜ ਪੁੱਤਰ। ਹਾਂਜੀ, ਦੇਖਿਓ ਗੁਰੂ ਵੀਰ ਰਸ ਰਾਤਾ, ਉਹਨਾਂ ਵੇਖਿਆ ਵੀ ਮਹਾਰਾਜ ਵੀਰ ਰਸ ਵਿੱਚ ਆ ਗਏ ਨੇ ਸੱਚੇ ਪਾਤਸ਼ਾਹ। ਹਾਂਜੀ, ਸਹਿਤ ਕਿਰਪਾਲ ਸੋ ਚਹਿਤ ਹਟਾਏ, ਮਾਮਾ ਕਿਰਪਾਲ ਚੰਦ ਜੀ ਵੀ ਚਾਹੁੰਦੇ ਵੀ ਹਟਾ ਦਿੱਤਾ ਜਾਏ ਮਹਾਰਾਜ ਨੂੰ ਇਸ ਕੰਮ ਤੋਂ, ਸ਼ੇਰ ਦੇ ਲਾਗੇ ਜਾਣ ਤੋਂ। ਹਾਂਜੀ, ਕਾਹੇ ਉਹਨਾਂ ਜਾਏ ਤੇਜ ਦਿਪਤਾਏ, ਪਰ ਮਹਾਰਾਜ ਦਾ ਤੇਜ ਪ੍ਰਤਾਪ ਹੀ ਇੰਨਾ ਸੀਗਾ ਵੀ ਮਹਾਰਾਜ ਨੂੰ ਰੋਕ ਹੀ ਨਾ ਸਕੇ ਜੀ ਉਹ ਜੀ। ਹਾਂਜੀ, ਨਾਹਣ ਇਸ਼ਕਰ ਜੋਰ ਉਚਾਰਾ, ਤੇ ਉਹ ਮੇਦਨੀ ਪ੍ਰਕਾਸ਼ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗਾ। ਹਾਂਜੀ, ਗਣ ਗੁਲਕਾਂ ਤਜ ਲੇਹ ਸੰਘਾਰਾ, ਮਹਾਰਾਜ ਗੋਲੀਆਂ ਮਾਰ ਲੈਣ ਦਿਓ, ਗੋਲੀਆਂ ਨਾਲ ਸ਼ੇਰ ਮਾਰ ਦੇਨੇ ਸੱਚੇ ਪਾਤਸ਼ਾਹ। ਹਾਂਜੀ, ਪਸ਼ੂ ਕੇ ਸਮੁਖ ਆਪ ਕਿਉਂ ਜਾਵਹੁ, ਮਹਾਰਾਜ ਇਹ ਭਿਆਨਕ ਪਸ਼ੂ ਹੈਗਾ, ਹੱਥ ਚ ਖੜਗ ਫੜ ਲਈ ਢਾਲ ਫੜ ਦੀ, ਮਹਾਰਾਜ ਆਪ ਜੀ ਸਨਮੁਖ ਨਾ ਜਾਵੋ ਇਹਦੇ। ਹਾਂਜੀ, ਗਹੋ ਤਨੁਖ ਕੋ ਬਾਣ ਚਲਾਵੋ, ਤੇ ਜਾਂ ਫਿਰ ਆਪ ਜੀ ਤੀਰ ਚਲਾ ਦਿਓ ਕੋਈ, ਸਾਹਮਣੇ ਨਾ ਜਾਓ ਸੱਚੇ ਪਾਤਸ਼ਾਹ ਇਹਦੇ। ਹਾਂਜੀ, ਸਤਿਗੁਰ ਬੋਲੇ ਪਿਖੋ ਤਮਾਸ਼ਾ, ਰੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਚੁੱਪ ਰਹਿ ਕੇ ਤਮਾਸ਼ਾ ਵੇਖੋ, ਕਹਿਣ ਲੱਗੇ ਸਾਰੇ ਤਮਾਸ਼ਾ ਵੇਖੋ ਸਾਰੇ। ਹਾਂਜੀ, ਇਸ ਤੇ ਕਹਾਂ ਕਰੇ ਹਮ ਤਰਾਸਾ, ਮਹਾਰਾਜ ਕਹਿਣ ਲੱਗੇ ਅਸੀਂ ਇਹਦੇ ਤੋਂ ਕੀ ਡਰਦੇ ਹਾਂ, ਰੱਜ ਕੇ ਆਖੋ। ਮਹਾਰਾਜ ਆਪ ਪਰਮੇਸ਼ਰ ਦਾ ਰੂਪ ਸੱਚੇ ਪਾਤਸ਼ਾਹ, ਮਹਾਰਾਜ ਕਹਿੰਦੇ ਅਸੀਂ ਇਹ ਤੋਂ ਨੀ ਡਰਦੇ, ਕਹਿਣ ਲੱਗੇ। ਹਾਂਜੀ, ਇਮ ਕਹਿ ਆ ਗਏ ਪ੍ਰਭੂ ਸਿਧਾਰੇ, ਇਹ ਕਹਿ ਕੇ ਹੱਥ ਚ ਖੜਗ ਤੇ ਇੱਕ ਹੱਥ ਚ ਢਾਲ,
ਦਸਵੇਂ ਪਾਤਸ਼ਾਹ ਮਹਾਰਾਜ ਅੱਗੇ ਹੋ ਗਏ ਜੀ ਜਾ ਕੇ ਜੀ। ਹਾਂਜੀ, ਖਰੇ ਦੂਰ ਲਓ ਦੇਖਤ ਸਾਰੇ, ਸਾਰੇ ਦੂਰ ਖਲੋਤੇ ਜੀ, ਲਾਗੇ ਜਾਣ ਦੀ ਹਿੰਮਤ ਹੀ ਨਹੀਂ ਹੈਗੀ ਕਿਸੇ ਦੀ। ਹਾਂਜੀ, ਕਿਚਿਤ ਕਹਾਂ ਕਹਾਂ ਗੁਰ ਕਰਿਓ, ਤੇ ਕਈ ਕਹਿ ਰਹੇ ਵੀ ਇਹ ਮਹਾਰਾਜ ਕੀ ਕਰਨ ਦੇ ਨੇ, ਹੈ ਵੀ ਕਿੱਡਾ ਭਿਆਨਕ ਸ਼ੇਰ ਤੇ ਉਹਦੇ ਸਾਹਮਣੇ ਚਲੇ ਚੱਲੇ। ਹਾਂਜੀ, ਕੇਹਰ ਨਿਕਟ ਜਾਣ ਹੱਠ ਧਰਿਓ, ਐਵੇਂ ਸ਼ੇਰ ਦੇ ਲਾਗੇ ਜਾਣ ਦੀ ਜਿੱਦ ਮਹਾਰਾਜ ਨੇ ਧਾਰ ਲਈ ਹੈ। ਹਾਂਜੀ, ਕਿਚਿਤ ਕਹੇ ਗੁਰੂ ਬੜ ਜੋਧਾ, ਕਈ ਕਹਿੰਦੇ ਨਾ ਨਾ ਮਹਾਰਾਜ ਬੜੇ ਵੱਡੇ ਯੋਧੇ ਨੇ, ਗੱਜ ਕੇ ਅੱਖ ਬੜੇ ਵੱਡੇ ਯੋਧੇ ਨੇ। ਹਾਂਜੀ, ਹਤੇ ਕਿਰਪਾਨ ਸੰਗ ਕਰ ਕ੍ਰੋਧਾ, ਮਹਾਰਾਜ ਨੇ ਜਦੋਂ ਵੀਰ ਰਸ ਚਾਉਣਾ ਮਾਰ ਕੇ ਖੜਗ ਵੱਢ ਕੇ ਸੁੱਟ ਦੇਣਾ ਸ਼ੇਰ ਦੀ। ਆਪਸ ਵਿੱਚ ਬਚਨ ਕਰਦੇ ਸਿੰਘ ਜੀ, ਹਾਂਜੀ, ਸਨਮੁਖ ਹੋਏ ਕਰਿਓ ਜਬ ਨੇਰ, ਵਿਖੇ ਪਰਸਪਰ ਅਧਿਕ ਦਲੇਰ, ਤੇ ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਸ਼ੇਰ ਲਾਲ ਅੱਖਾਂ ਕੱਢ ਕੇ ਖਲੋਤਾ, ਮਹਾਰਾਜ ਨੇ ਖੜਗ ਤੇ ਢਾਲ ਫੜੀ, ਮਹਾਰਾਜ ਨੇ ਸ਼ੇਰ ਦੀਆਂ ਅੱਖਾਂ ਵੱਲ ਵੇਖਿਆ ਜੀ ਜਾ ਕੇ ਜੀ, ਅੱਜ ਕੇ ਆਖੋ। ਹਾਂਜੀ, ਉੱਠਿਓ ਨਹੀਂ ਬੈਠਿਓ ਤਬ ਰਹਿਓ, ਹੇਤ ਬੰਗਾਰਨ ਉੱਚੇ ਕਹਿਓ, ਤੇ ਸ਼ੇਰ ਵੀ ਫਿਰ ਗੁਰਮੁਖੋ ਬੰਗਾਰਿਆ ਜੀ ਪੂਰਾ ਜੀ। ਹਾਂਜੀ, ਹੋਰ ਹੋਹੋ ਖਰੋ ਕਿਉਂ ਬੈਠਿਓ ਅਬੈ, ਤੇ ਸ਼ੇਰ ਨਾ ਜੀ ਡਰਾ ਡਰੂ ਕੇ ਬਹਿ ਗਿਆ ਸੀਗਾ ਜੀ, ਸਾਰਿਆਂ ਨੂੰ ਡਰਾ ਡਰੂ ਕੇ ਦਬਕੇ ਮਾਰ ਕੇ ਬਹਿ ਗਿਆ ਸੀਗਾ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਆਪ ਵੰਗਾਰ ਦੇ ਸ਼ੇਰ ਨੂੰ, ਮਹਾਰਾਜ ਕਹਿੰਦੇ ਬੈਠਾ ਕਿਉਂ ਆ, ਉੱਠ ਕੇ ਖਲੋ ਸਾਡੇ ਸਾਹਮਣੇ। ਕਹਿਣ ਲੱਗੇ ਸ਼ੇਰ ਦੀਆਂ ਅੱਖਾਂ ਚੱਖਾਂ ਜਦੋਂ ਪਾਈਆਂ ਨਾ ਜੀ, ਤੇ ਮੁੱਖੋਂ ਆਖਿਆ ਮਹਾਰਾਜ ਨੇ, ਮਹਾਰਾਜ ਕਹਿੰਦੇ ਬੈਠਾ ਕਿਉਂ ਆ, ਉੱਠ ਕੇ ਖਲੋ ਸਾਡੇ ਸਾਹਮਣੇ। ਹਾਂਜੀ, ਬਣ ਸਵਧਾਨ ਪਿਖੇ ਤੁਮ ਸਬੈ, ਮਹਾਰਾਜ ਕਹਿੰਦੇ ਵੇ ਸਾਰੇ ਡਰਦੇ ਤੇਰੇ ਤੋਂ। ਕਹਿਣ ਲੱਗੇ ਉੱਠ ਸਾਵਧਾਨ ਹੋ, ਸਾਡੇ ਤੇਰੀ ਵੀ ਦਲੇਰੀ ਵੇਖ ਲਈਏ ਅੱਜ। ਹਾਂਜੀ, ਸੁਣ ਪ੍ਰਭਤੇ ਨਿਜ ਸੀਸ ਨਿਵਾਇਓ, ਹਾਂਜੀ, ਫਿਰ ਉਹ ਰਹਿਓ ਨਿਜ ਟੌਰ ਭਰਮਾਇਓ, ਹਾਂਜੀ, ਵਹਿਰ ਮੈਦਾਨ ਵਿਖੇ ਗੁਰ ਖਰੇ, ਹਾਂਜੀ, ਵਿਖਮ ਥਰੇ ਬਰੇ ਕੇ ਬੀਚ ਨਾ ਬਰੇ। ਅੱਗੋਂ ਫਿਰ ਜਿਹੜਾ ਪ੍ਰਸੰਗ ਉਹ ਫਿਰ ਆਪਾਂ ਅਗਲੇ ਦਿਨ ਨੂੰ ਸਰਵਣ ਕਰਾਂਗੇ। ਸਮਾਂ ਹੋ ਗਿਆ ਸ਼ਿਕਾਰ ਵੇਖਿਓ ਮਹਾਰਾਜ ਨੇ ਕਿਵੇਂ ਕਰਨਾ ਜੀ ਇਹਦਾ ਜੀ, ਖਲੋ ਗਏ ਸੱਚੇ ਪਾਤਸ਼ਾਹ। ਹਾਂਜੀ, ਇਹ ਤੇ ਮਹਾਰਾਜ ਜਿਹਦੇ ਤੇ ਦ੍ਰਿਸ਼ਟੀ ਪਾਉਣ ਉਹਨੂੰ ਸ਼ੇਰ ਬਣਾ ਦੇਣ ਜੀ। ਹਾਂਜੀ, ਉਹਦੇ ਤੇ ਕਿਰਪਾ ਕਰ ਦੇਣ ਸੱਚੇ ਪਾਤਸ਼ਾਹ, ਇੱਥੇ ਸ਼ੇਰ ਮਾਰਨਾ ਨਹੀਂ, ਸ਼ੇਰ ਕੀਰਤਨ ਸੁਣਨ ਲੱਗ ਪੈਂਦੇ ਆ ਕੇ ਜੀ। ਤੁਸੀਂ ਕਥਾ ਸੁਣੀ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ, ਮਹਾਰਾਜ ਇੱਕ ਥਾਂ ਤੇ ਗਏ, ਸ਼ੇਰਾਂ ਨੇ ਬਹਿ ਕੇ ਕੀਰਤਨ ਸੁਣਿਆ ਜੀ ਮਹਾਰਾਜ ਦਾ, ਉਹ ਹੁਣ ਆਪਾਂ ਕੱਲ੍ਹ ਨੂੰ ਫਿਰ ਪ੍ਰਸੰਗ ਸੁਣ ਲਾਂਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਖਲੋ ਗਏ ਸੱਚੇ ਪਾਤਸ਼ਾਹ ਜੀ ਸਾਵਧਾਨ ਹੋ ਕੇ, ਅਤੇ ਬਸ ਸ਼ੇਰ ਨੂੰ ਫਿਰ ਕੱਲ੍ਹ ਨੂੰ ਝਟਕਾਉਣਗੇ ਸੱਚੇ ਪਾਤਸ਼ਾਹ। ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਫਿਰ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ ਆਖੋ ਸਾਰੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, 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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਮਹਾਰਾਜ ਕਿਰਪਾ ਕਰਨ, ਅਗਲੇਰਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।